ਹਾਂ ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਕੋਈ ਵੀ ਸੰਤ ਮਹਾਤਮਾ ਇਸ ਸੰਸਾਰ ਦੇ ਅੰਦਰ ਕੋਈ ਸਮਾਜ ਬਣਾਉਣ ਵਾਸਤੇ ਨਹੀਂ ਹੁੰਦਾ ਗਾ, ਨਾ ਕੋਈ ਬਣੀਆਂ ਸਮਾਜਾਂ ਤੋੜਨ ਵਾਸਤੇ ਹੁੰਦਾ ਹੈ। ਸੰਤ ਮਹਾਤਮਾ ਸਾਰੇ ਸੰਸਾਰ ਨੂੰ ਆਪਣਾ ਸਮਾਜ ਸਮਝਦੇ ਹੈ, ਆਪਣਾ ਘਰ ਸਮਝਦੇ ਹੈ, ਸਭ ਕੌਮਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਚਾਹੇ ਔਰਤ ਹੈ ਚਾਹੇ ਮਰਦ ਹੈ ਚਾਹੇ ਕਿਸੇ ਵੀ ਮੁੰਡਾ ਹੈ। ਦੋ ਚੀਜ਼ਾਂ ਸੰਤ ਮਹਾਤਮਾ ਸਾਨੂੰ ਦੱਸਣ ਵਾਸਤੇ ਆਉਂਦੇ ਹੈ। ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਹੈ ਕਿ ਜਿਸ ਅਸੀਂ ਦੇਸ਼ ਵਿੱਚ ਬੈਠੇ ਹਾਂ ਇਹ ਸਾਡਾ ਦੇਸ਼ ਨਹੀਂ, ਇਹ ਪਰਾਇਆ ਦੇਸ਼ ਹੈ। ਇੱਥੇ ਅਸੀਂ ਪਰਾਏ ਦੇਸ਼ ਦੇ ਅੰਦਰ ਤਹਿਕੀਕਾਤ ਕਰਨ ਵਾਸਤੇ ਆ ਜਾਂਦੇ ਹਾਂ। ਸੰਤ ਮਹਾਤਮਾ ਇਹ ਚੇਤਾਵਨੀ ਦਿੰਦੇ ਹੈ ਕਿ ਤੁਸੀਂ ਇਸ ਪਰਾਏ ਦੇਸ਼ ਵਿੱਚ ਆ ਕੇ ਪਰਾਏ ਖੋਤੇ ਨਾ ਬਣੋ, ਕੁਛ ਆਪਣਾ ਵੀ ਕਾਰੋਬਾਰ ਕਰੋ। ਅਸੀਂ ਸਭ ਇਹ ਕਹਾਂਗੇ ਕਿ ਇੱਥੇ ਆਪਣਾ ਕੰਮ ਕਰਦੇ ਹਾਂ, ਆਪਣੀ ਦੇਹ ਸਵਾਰਦੇ ਹਾਂ, ਆਪਣੇ ਬਾਲ ਬੱਚਿਆਂ ਦਾ ਕੰਮ ਕਰਦੇ ਹਾਂ, ਘਰ ਬਣਾਉਂਦੇ ਹਾਂ। ਲੇਕਿਨ ਸੰਤ ਕਹਿੰਦੇ ਆ ਕਿ ਠੰਡੇ ਗੱਲਾਂ ਸੋਚ ਕੇ ਦੇਖੋ, ਜਦ ਮੌਤ ਆਉਂਦੀ ਹੈ ਸਾਨੂੰ ਸਰੀਰ ਤੋਂ ਅਲੱਗ ਕੀਤਾ ਜਾਂਦਾ ਹੈ, ਇਹ ਸਰੀਰ ਨੇ ਵੀ ਸਾਡਾ ਸਾਥ ਨਹੀਂ ਦੇਣਾ ਗਾ। ਇਹਨੂੰ ਜਾਂ ਅਸੀਂ ਮਿੱਟੀ ਦੇ ਸਪੁਰਦ ਕਰ ਜਾਂਦੇ ਹਾਂ ਜਾਂ ਅਗਨੀ ਦੇ ਹਵਾਲੇ ਕਰ ਜਾਂਦੇ ਹਾਂ। ਇਹ ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਫਿਰ ਕਹਾਂਗੇ ਕਿ ਬਾਲ ਬੱਚੇ ਸਾਡੇ ਹੈ, ਜਦ ਮੌਤ ਆਉਂਦੀ ਹੈ ਨਾ ਤਾਂ ਬੱਚਾ ਹੀ ਮਾਤਾ ਪਿਤਾ ਨੂੰ ਦੱਸ ਕੇ ਜਾਂਦਾ ਹੈ ਕਿ ਮੈਂ ਕਿਸ ਜਗ੍ਹਾ ਜਾ ਰਿਹਾ ਹਾਂ, ਨਾ ਮਾਤਾ ਪਿਤਾ ਹੀ ਬੱਚੇ ਨੂੰ ਇਹ ਸਮਝਾਉਂਦੇ ਹੈ ਕਿ ਅਸੀਂ ਇਸ ਜਗ੍ਹਾ ਜਾ ਰਹੇ ਹਾਂ ਜਾਂ ਆਪਾਂ ਕੱਲ੍ਹ ਨੂੰ ਇਕੱਠੇ ਹੋਵਾਂਗੇ ਜਾਂ ਨਾ ਹੋਵਾਂਗੇ। ਉਹ ਵੀ ਕੋਈ ਸਾਡਾ ਸਾਥ ਨਹੀਂ ਦਿੰਦੇਗੇ। ਇਸੇ ਤਰ੍ਹਾਂ ਜਿਸ ਘਰ ਅੰਦਰ ਅਸੀਂ ਚਿਰਾਂ ਤੋਂ ਰਹਿ ਰਹੇ ਹੁੰਦੇ ਹਾਂ, ਬੜਾ ਪਿੱਲਾ ਕੇ ਖੁੱਲ੍ਹੇ ਕਮਰੇ ਬਣਾਏ ਹੁੰਦੇ ਹੈ, ਹਰ ਚੀਜ਼ ਦਾ ਸਮਾਨ ਠੰਡਾ ਗਰਮ ਉਸ ਦੇ ਵਿੱਚ ਫਿੱਟ ਕੀਤਾ ਹੁੰਦਾ ਹੈ, ਫਰਨੀਚਰ ਵਗੈਰਾ। ਲੇਕਿਨ ਸਾਨੂੰ ਪਤਾ ਹੈ ਅੱਖਾਂ ਨਾਲ ਸਭ ਕੁਛ ਦੇਖਦੇ ਹਾਂ, ਜਦ ਉਹ ਮਾਲਕ ਦੀ ਮੌਜ ਹੁੰਦੀ ਹੈ ਭਰਿਆ ਬਾਜ਼ਾਰ ਵਿੱਚ ਛੱਡ ਕੇ ਉੱਠ ਜਾਂਦੇ ਹੈ। ਤੋ ਸੰਤ ਮਹਾਤਮਾ ਦਾ ਇਹ ਵੀ ਮਤਲਬ ਨਹੀਂ ਗਾ ਕਿ ਅਸੀਂ ਇਹਨਾਂ ਘਰਾਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਚਲੇ ਜਾਣਾ ਹੈ ਜਾਂ ਬੱਚਿਆਂ ਪ੍ਰਤੀ ਜੋ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਹਨ ਇਹਨਾਂ ਨੂੰ ਅਸੀਂ ਨਹੀਂ ਨਿਭਾਉਣਾ ਗਾ। ਮਹਾਤਮਾ ਤਾਂ ਸਾਨੂੰ ਕੋਈ ਦਿਲ ਨਹੀਂ ਬਣਾਉਂਦੇ ਗੇ, ਉਹ ਸਾਨੂੰ ਇਹ ਜ਼ਰੂਰ ਕਹਿੰਦੇ ਹੈ ਕਿ ਇਹ ਸੰਸਾਰ ਦੀ ਅਸਲੀਅਤ ਨੂੰ ਸਮਝੋ। ਇਹ ਜੋ ਕੁਛ ਪਰਮਾਤਮਾ ਨੇ ਤੁਹਾਨੂੰ ਤੁਹਾਡੇ ਕਰਮਾਂ ਮੁਤਾਬਕ ਪਰਵਾਰ ਦਿੱਤੇ ਹੈ, ਇਹਨਾਂ ਦੀ ਅਸਲੀਅਤ ਨੂੰ ਸਮਝਦੇ ਹੋਏ ਤੁਸੀਂ ਆਪਣਾ ਵੀ ਕੁਛ ਕਰੋ। ਆਪਣਾ ਕੰਮ ਕੀ ਹੈ? ਉਹ ਭਜਨ ਸਿਮਰਨ ਹੈ। ਸੋ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਹਰ ਜਵਾਨੇ ਅੰਦਰ ਇਸ ਪਰਾਏ ਦੇਸ਼ ਦੇ ਵਿੱਚੋਂ ਨਿਕਲਣ ਵਾਸਤੇ ਲੋਕਾਂ ਨੇ ਬੜੀਆਂ ਹੀ ਕੋਸ਼ਿਸ਼ਾਂ ਕੀਤੀਆਂ। ਜਦੋਂ ਅਮਰੀਕਾ ਮਲੂਮ ਨਹੀਂ ਸੀਗਾ, ਯੂਰਪ ਏਸ਼ੀਆ ਇਹ ਮੁਲਕ ਮਲੂਮ ਸਨ, ਸਭ ਦੁਨੀਆ ਇਹ ਕਹਿੰਦੀ ਸੀ ਕਿ ਦੁਨੀਆ ਗੋਲ ਹੈ, ਕਿਉਂਕਿ ਉਹ ਅਮਰੀਕਾ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਦੇ ਸਨ। ਔਰ ਜਦ ਅਮਰੀਕਾ ਮਲੂਮ ਹੋਇਆ ਉਹਨਾਂ ਨੇ ਫਿਰ ਵੀ ਕਹਿਣਾ ਸ਼ੁਰੂ ਕੀਤਾ ਕਿ ਦੁਨੀਆ ਗੋਲ ਹੈ, ਕਿਉਂਕਿ ਅੱਗੇ ਪਿੱਛੇ ਸੱਜੇ ਖੱਬੇ ਜਿੱਧਰ ਵੀ ਗਏ ਅਸੀਂ ਪਾਉਂਕੇ ਉੱਥੇ ਹੀ ਫੇਰ ਆ ਗਏ। ਲੇਕਿਨ ਇਸ ਗੋਲ ਦੁਨੀਆ ਦੇ ਵਿੱਚੋਂ ਨਿਕਲਣ ਵਾਸਤੇ ਹਰ ਜਵਾਨੇ ਦੇ ਅੰਦਰ ਹਰ ਟਾਈਮ ਦੇ ਅੰਦਰ ਲੋਕਾਂ ਨੇ ਬੜੀਆਂ ਹੀ ਕੋਸ਼ਿਸ਼ਾਂ ਕੀਤੀਆਂ। ਹਵਾਈ ਜਹਾਜ਼ 'ਤੇ ਚੜ੍ਹ ਕੇ ਉਡਾਰੀ ਮਾਰੀ, ਕੁਛ ਦੂਰ ਜਾ ਕੇ ਫਿਰ ਨੀਚੇ ਆਉਣਾ ਪਿਆ, ਸੱਜੇ ਖੱਬੇ ਗਏ ਫਿਰ ਵੀ ਪਹੁੰਚ ਕੇ ਉੱਥੇ ਆਉਣਾ ਪਿਆ, ਪਹਾੜ ਦੀ ਤਰਫ ਗਏ ਕੋਈ ਸਰਦੀ ਲੱਗੀ ਫਿਰ ਵੀ ਉਸੇ ਜਗ੍ਹਾ ਵਾਪਸ ਆਉਣਾ ਪਿਆ। ਸੋ ਸੰਤ ਮਹਾਤਮਾ ਦਾ ਇਹ ਕਹਿਣ ਹੈ ਕਿ ਅਸੀਂ ਇਸ ਗੋਲ ਲਈਆਂ ਵੀ ਦੁਨੀਆ ਦੇ ਅੰਦਰ ਗੋਲ ਦੁਨੀਆ ਦੇ ਅੰਦਰੋਂ ਨਿਕਲਣ ਦਾ ਹਰ ਟਾਈਮ ਹੀ ਯਤਨ ਕੀਤਾ ਹੈ, ਲੇਕਿਨ ਅਸੀਂ ਇੱਥੋਂ ਨਿਕਲ ਨਾ ਸਕੇ। ਜਦੋਂ ਅਸੀਂ ਰਿਕੀਆਂ ਮੰਮੀਆਂ ਦੀ ਥਿਊਰੀ ਨੂੰ ਵਿਚਾਰਦੇ ਹਾਂ ਉਹ ਸਾਨੂੰ ਇਹ ਦੱਸਦੇ ਹੈ ਕਿ ਇਹ ਇੱਕੋ ਹੀ ਦੁਨੀਆ ਨਹੀਂ ਕਿ ਜਿਹੜੀ ਤੁਸੀਂ ਅੱਖਾਂ ਨਾਲ ਦੇਖਦੇ ਹੋ, ਅਗਰ ਤੁਸੀਂ ਅੰਦਰ ਜਾ ਕੇ ਦੇਖੋ ਤਾਂ ਅਨੇਕਾਂ ਹੀ ਦੁਨੀਆ ਤੁਹਾਡੇ ਅੰਦਰ ਚੱਕਰ ਲਗਾ ਰਹੀਆਂ ਹਨ। ਤੁਸੀਂ ਹੈਰਾਨ ਹੋਵੋਗੇ, ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੇ ਅੰਦਰ ਗਏ ਉਹਨਾਂ ਨੇ ਕਿਹਾ ਲੱਖ ਆਗਾਸਾਂ ਆਗਾਸ ਪਤਾਲਾਂ ਪਤਾਲ,
ਹੁਣ ਜਿਹੜੇ ਉਸ ਜਗ੍ਹਾ ਦੇ ਅੰਦਰ ਪੀਰ ਪੁਕੰਬਰ ਰਹਿੰਦੇ ਸਨ, ਜਿਨ੍ਹਾਂ ਨੇ ਅੰਦਰ ਤੱਕ ਕਦੇ ਜਾ ਕੇ ਰਿਸਰਚ ਨਹੀਂ ਕੀਤੀ ਸੀ, ਕੋਈ ਨਹੀਂ ਕੀਤੀ ਸੀ, ਉਹ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕੁਫਰ ਬੋਲਦੇ ਹੋ, ਇਹ ਜਿਹੜੀ ਦੇਹ ਹੈ ਇਹ ਤਾਂ ਹੱਡ ਚਮ ਮਾਸ ਦੀ ਹੈ, ਇਹਦੇ ਅੰਦਰ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਆਕਾਸ਼ ਹੈ, ਪਤਾਲ ਹੈ। ਵੈਸੇ ਸੰਤ ਕਦੇ ਵੀ ਮੋਝਾ ਨਹੀਂ ਦਿਖਾਉਂਦੇ ਗੇ, ਉਹ ਦੁਨੀਆਂ ਨੂੰ ਮੋਝੇ ਦਿਖਾ ਕੇ ਮਗਰ ਲਾਉਣ ਵਾਸਤੇ ਨਹੀਂ ਆਉਂਦੇ ਹੁੰਦੇ ਗੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਅਗਰ ਐਸਾ ਹੁੰਦਾ ਤਾਂ ਅੱਜ ਤੱਕ ਇੱਕੋ ਮਹਾਤਮਾ ਹੀ ਸੰਸਾਰ ਵਿੱਚ ਆਇਆ ਕਾਫੀ ਸੀਗਾ, ਕਿਉਂਕਿ ਉਹ ਦੱਸਦੇ ਹੁੰਦੇ ਕਿ ਇੱਕ ਜ਼ਿਲ੍ਹੇ ਅੰਦਰ ਤੁਸੀਂ ਅੱਲੇ ਨੂੰ ਅੱਖ ਦੇ ਦਿਓ, ਦੁਨੀਆਂ ਕਰਾਮਾਤਾਂ ਦੀ ਪੁੱਤੀ ਹੈ, ਉੱਧਰ ਹੀ ਤੁਰੇ ਆਉਂਗੇ। ਅਗਰ ਦੂਸਰੇ ਸੂਬੇ ਦੇ ਅੰਦਰ ਤੁਸੀਂ ਕਿਸੇ ਲੂਲੇ ਲੰਗੜੇ ਦੀ ਲੱਤ ਠੀਕ ਕਰ ਦਿਓ, ਸਾਰੇ ਲੋਕ ਉਸ ਪਾਸੇ ਨਾਮ ਲੈਣ ਵਾਸਤੇ ਤਿਆਰ ਹੋ ਜਾਣਗੇ। ਲੇਕਿਨ ਸੰਤ ਐਸਾ ਨਹੀਂ ਕਰਦੇ ਹੁੰਦੇ ਗੇ, ਉਹ ਮਾਲਕ ਦੇ ਭਾਣੇ ਵਿੱਚ ਰਹਿੰਦੇ ਹੈ ਔਰ ਭਾਣੇ ਵਿੱਚ ਹੀ ਦੇਵਤਾ ਨੂੰ ਰਹਿਣ ਵਾਸਤੇ ਉਹ ਦੱਸਦੇ ਹੈ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਉਹ ਸੰਤ ਮਹਾਤਮਾ ਦਾ ਜਿਹੜਾ ਖਿਆਲ ਹੁੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਹ ਸਕੂਲ ਭੁਲੀਆਂ ਦੁਨੀਆਂ ਦੇ ਵਿੱਚੋਂ ਨਿਕਲਣਾ ਹੈ, ਉਹ ਸਾਨੂੰ ਦੱਸਦੇ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਵਕਤ ਉਸਦਾ ਖਿਆਲ ਅੰਦਰ ਹੁੰਦਾ ਹੈ, ਪਰਮਾਤਮਾ ਦੀ ਤਰਫ ਹੁੰਦਾ ਹੈ। ਜਦੋਂ ਅਸੀਂ ਬਾਹਰ ਆਉਂਦੇ ਹੈ, ਬੱਚਾ ਅੱਖਾਂ ਖੋਲਦਾ ਹੈ, ਉਹ ਦੁਨੀਆਂ ਨੂੰ ਦੇਖਦਾ ਹੈ, ਆਪਣੇ ਆਲੇ ਦੁਆਲੇ ਦੇਖਦਾ ਹੈ, ਖੁਸ਼ੀਆਂ ਦੇਖਦਾ ਹੈ, ਉਹਦਾ ਖਿਆਲ ਬਾਹਰ ਹੋ ਜਾਂਦਾ ਹੈ, ਬਾਹਰ ਲੱਗ ਜਾਂਦਾ ਹੈ ਕਿ ਪਤਾ ਨਹੀਂ ਐਸੇ ਨਜ਼ਾਰੇ ਰੋਜ਼ ਹੀ ਮਿਲਣਗੇ, ਮੇਰੇ ਆਏ ਦੀ ਬੜੀ ਖੁਸ਼ੀ ਕਰਦੇ ਹੈ। ਇਸੇ ਤਰ੍ਹਾਂ ਜਦ ਜਵਾਨ ਖੋਲਦਾ ਹੈ, ਮਾਤਾ ਪਿਤਾ ਭੈਣ ਭਰਾ ਅਨੇਕ ਹੀ ਉਸ ਨਾਨੇ ਨਾਨੀਆਂ ਸਭ ਬਣ ਜਾਂਦੇ ਹੈ, ਸੋ ਉਹਨਾਂ ਨਾਲ ਤਿਆਰ ਹੋ ਜਾਂਦਾ ਹੈ। ਜਦ ਛੋਟਾ ਜਿਹਾ ਉਹ ਵੀ ਹੋਰ ਬੜਾ ਹੁੰਦਾ ਹੈ, ਭੈਣ ਭਰਾ ਉਸ ਨੂੰ ਤੁਰਨਾ ਸਿਖਾਉਂਦੇ ਹੈ, ਉਹਨਾਂ ਨਾਲ ਤਿਆਰ ਬਣ ਜਾਂਦਾ ਹੈ। ਬੜੇ ਹੁੰਦੇ ਹੈ, ਸਕੂਲਾਂ ਕਾਲਜਾਂ ਅੰਦਰ ਜਾਣੇ ਹੈ, ਉਹਨਾਂ ਨਾਲ ਤਿਆਰ ਬਣ ਜਾਂਦਾ ਹੈ। ਇਸ ਪਿਆਰ ਦੇ ਜ਼ਰੀਏ ਹੀ ਅਸੀਂ ਸੰਸਾਰ ਦੇ ਵਿੱਚ ਫਸਦੇ ਹੈ। ਸੋ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਜਦ ਤੁਸੀਂ ਸਿਮਰਨ ਦੇ ਜ਼ਰੀਏ ਆਪਣੇ ਖਿਆਲ ਫੈਲੇ ਨੂੰ ਅੱਖਾਂ ਦੇ ਪਿੱਛੇ ਲਿਆਓਗੇ, ਔਰ ਇਹ ਦੁਨੀਆਂ ਮਿੱਟੀ ਦੀ ਢੇਰੀ, ਇਹ ਸਰੀਰ ਇੱਕ ਮਿੱਟੀ ਦੀ ਢੇਰੀ ਮਲੂਮ ਹੁੰਦਾ ਹੈ। ਸੰਤ ਕਹਿੰਦੇ ਆ ਅਗਰ ਤੁਸੀਂ ਇਸੇ ਤਰ੍ਹਾਂ ਆਪਦੀਆਂ ਅੱਖਾਂ ਬੰਦ ਕਰੋਗੇ, ਅੰਦਰ ਦੇਖਣ ਲੱਗ ਜਾਓਗੇ, ਅੰਦਰਲੀ ਜ਼ਬਾਨ ਤੁਸੀਂ ਪ੍ਰਗਟ ਕਰੋਗੇ, ਅੰਦਰ ਬਾਤਾਂ ਕਰਨ ਲੱਗ ਜਾਓਗੇ, ਕਹਿਣ ਦਾ ਭਾਵ ਕਿ ਜਿਸ ਤਰ੍ਹਾਂ ਅਸੀਂ ਇਸ ਦੁਨੀਆਂ ਦੇ ਅੰਦਰ ਆ ਕੇ ਇਹਨਾਂ ਇੰਦਰੀਆਂ ਦੇ ਜ਼ਰੀਏ, ਅੱਖਾਂ ਦੇ ਜ਼ਰੀਏ, ਕੰਨਾਂ ਦੇ ਜ਼ਰੀਏ ਅਸੀਂ ਕੰਨਾਂ ਦੇ ਨਾਲ ਗੱਲਾਂ ਸੁਣੀਆਂ ਤਾਂ ਅਸੀਂ ਫਸੇ। ਸੰਤ ਕਹਿੰਦੇ ਆ ਜੇ ਤੁਸੀਂ ਅੰਦਰ ਜਾਓਗੇ, ਅੱਖਾਂ ਬਾਹਰੋਂ ਬੰਦ ਕਰੋਗੇ, ਅੰਦਰ ਦੇਖਣ ਲੱਗ ਜਾਓਗੇ, ਅਗਰ ਕੰਨ ਤੁਸੀਂ ਬਾਹਰੋਂ ਬੰਦ ਕਰੋਗੇ, ਤੁਸੀਂ ਅੰਦਰਲੇ ਕੰਨ ਤੁਹਾਡੇ ਖੁੱਲ੍ਹ ਜਾਣਗੇ, ਅੰਦਰ ਤੁਸੀਂ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨ ਲੱਗ ਜਾਓਗੇ। ਇਸੇ ਤਰ੍ਹਾਂ ਜਦ ਅੰਦਰਲੀ ਬਾਹਰੋਂ ਜ਼ਬਾਨ ਨੂੰ ਅਸੀਂ ਬੰਦ ਕਰਦੇ ਹਾਂ, ਅੰਦਰਲੀ ਜ਼ਬਾਨ ਜਦ ਖੁੱਲ੍ਹ ਜਾਂਦੀ ਹੈ, ਅਸੀਂ ਉਸ ਪਰਮਾਤਮਾ ਦੇ ਨਾਲ ਬਾਤ ਕਰ ਲੈਂਦੇ ਹਾਂ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਹਰ ਜ਼ਬਾਨੇ ਦੇ ਅੰਦਰ, ਹਰ ਸੈਂਸਦਾਨਾਂ ਨੇ ਜਾਂ ਹੋਰਾਂ ਰਿਖੀਆਂ ਮੁਨੀਆਂ ਨੇ ਇਸ ਭੂਲ ਭੁਲਾਈਆਂ ਦੀ ਦੁਨੀਆਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਵਦਾਂਤ ਵਾਲਿਆਂ ਨੇ ਵੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਕਿਹਾ ਕਿ ਸਾਡੀ ਆਤਮਾ ਦੇ ਉੱਪਰ ਪਹਿਲਾ ਪੰਜ ਕੋਸ਼ ਹਨ, ਅੰਨਮਏ ਕੋਸ਼, ਪ੍ਰਾਣਮਏ ਕੋਸ਼, ਗਿਆਨਮਏ ਕੋਸ਼, ਵਿਗਿਆਨਮਏ ਕੋਸ਼, ਆਨੰਦਮਏ ਕੋਸ਼, ਇਹ ਪੰਜ ਕੋਸ਼ ਹੈ। ਜਦ ਅਸੀਂ ਇਹਨਾਂ ਤੋਂ ਆਪਣੀ ਆਤਮਾ ਨੂੰ ਅਲੱਗ ਕਰਦੇ ਹਾਂ ਤਾਂ ਹੀ ਅਸੀਂ ਇਸ ਭੂਲ ਭੁਲਾਈਆਂ ਦੀ ਦੁਨੀਆਂ ਦੇ ਵਿੱਚ ਲੈ ਲੈਂਦੇ ਹਾਂ, ਨਿਕਲ ਜਾਂਦੇ ਹਾਂ। ਸੋ ਸੰਤ ਸਾਨੂੰ ਦੱਸਦੇ ਹੈ ਕਿ ਅੰਨਮਏ ਕੋਸ਼, ਪ੍ਰਾਣਮਏ ਕੋਸ਼ ਸਾਡੇ ਅਸਥੂਲ ਸਰੀਰ ਦੇ ਅੰਦਰ ਹੈ, ਔਰ ਵਿਗਿਆਨਮਏ ਕੋਸ਼, ਗਿਆਨਮਏ ਕੋਸ਼ ਸਾਡੇ ਸੂਖਮ ਸਰੀਰ ਦੇ ਅੰਦਰ ਹੈ, ਔਰ ਆਨੰਦਮਏ ਕੋਸ਼ ਇਹ ਸਾਡੇ ਪਾਰਟਨ ਦੇ ਵਿੱਚ ਆਉਂਦਾ ਹੈ, ਜਿਹੜਾ ਕਿ ਬਰੀਕ ਤੋਂ ਬਰੀਕ ਪੜਦਾ ਹੈ, ਕਾਰਨ ਸਰੀਰ ਦੇ ਜ਼ਰੀਏ ਅਸੀਂ ਇਸ ਨੂੰ ਦੇਖ ਸਕਦੇ ਹਾਂ। ਸੋ ਸੰਤ ਮਹਾਤਮਾ ਨੇ ਚਾਰਾਂ ਕੋਸ਼ਾਂ ਨੂੰ ਛੱਡ ਕੇ ਪੰਜਵੇਂ ਕੋਸ਼ ਨੂੰ ਲਿਆ ਹੈ। ਸੋ ਉਹਨਾਂ ਮਹਾਤਮਾ ਦਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਜੇ ਅਸੀਂ ਅੰਨਮਏ ਕੋਸ਼ ਨੂੰ ਲੈਂਦੇ ਹਾਂ, ਅੱਛਾ ਹਲਕੇ ਖਾਣੇ ਖਾਂਦੇ ਹਾਂ, ਹਲਕਾ ਫੂਡ ਖਾਂਦੇ ਹਾਂ, ਔਰ ਸੰਜਮ ਦੇ ਵਿੱਚ ਰਹਿੰਦੇ ਹਾਂ, ਸਾਡੇ ਅੰਦਰ ਬੁੱਧੀ ਚੇਤਨ ਹੋ ਜਾਏਗੀ, ਸਾਡਾ ਸਰੀਰ ਰਿਸ਼ਟ ਪੁਸ਼ਟ ਰਹਿਣ ਲੱਗ ਜਾਏਗਾ। ਇਸੇ ਤਰ੍ਹਾਂ ਪ੍ਰਾਣਮਏ ਕੋਸ਼, ਅਗਰ ਅਸੀਂ ਪ੍ਰਾਣਾਯਾਮ ਕਰਦੇ ਹਾਂ, ਸਾਡੇ ਅੰਦਰ ਰਿੱਧੀਆਂ ਸਿੱਧੀਆਂ ਸ਼ਕਤੀਆਂ ਜਾਗ ਪੈਂਦੀਆਂ ਹਨ, ਲੇਕਿਨ ਸ਼ਾਂਤੀ ਨਹੀਂ।
ਇਸੇ ਤਰ੍ਹਾਂ ਜਦ ਅਸੀਂ ਵਿਗਿਆਨਕ ਕੋਸ਼ ਦੇ ਵਿੱਚ ਜਾਂਦੇ ਹਾਂ, ਅਸੀਂ ਗ੍ਰੰਥ ਪੋਥੀਆਂ ਨੂੰ ਯਾਦ ਕਰ ਲੈਂਦੇ ਹਾਂ ਔਰ ਮਨ ਨੂੰ ਉਜਾਗਰ ਕਰ ਲੈਂਦੇ ਹਾਂ। ਫਿਰ ਕੀ ਹੈ ਕਿ ਸਾਡੀ ਬੁੱਧੀ ਚੇਤਨ ਹੋ ਜਾਂਦੀ ਹੈ, ਸਾਡੇ ਅੰਦਰ ਇਹਦੀਆਂ ਸਿੱਧੀਆਂ ਸ਼ਕਤੀਆਂ ਜਾਗ ਪੈਂਦੀਆਂ ਹਨ। ਇਸੇ ਤਰ੍ਹਾਂ ਗਿਆਨਮਈ ਕੋਸ਼ ਵਿੱਚ ਜਾਂਦੇ ਹਾਂ, ਫਿਰ ਸਾਡੇ ਅੰਦਰ ਗ੍ਰੰਥ ਪੋਥੀਆਂ ਦੀ ਅਸੀਂ ਯਾਦਦਾਸ਼ਤ ਬਣਾ ਲੈਂਦੇ ਹਾਂ, ਪੜ੍ਹ ਪੜ੍ਹਾਈ ਦੇ ਵਿੱਚ ਚੇਤਨ ਹੋ ਜਾਂਦੇ ਹਾਂ। ਸੋ ਸੰਤ ਮਹਾਤਮਾ ਸਾਨੂੰ ਪਿਆਰ ਦੇ ਨਾਲ ਕਹਿੰਦੇ ਹੈ ਕਿ ਸਾਡੀ ਜਿਹੜੀ ਆਤਮਾ ਹੈ ਇਹ ਤਿੰਨ ਹਾਲਤਾਂ ਵਿੱਚ ਸਦਾ ਰਹਿੰਦੀ ਹੈ, ਜਾਗਰਤ ਅਵਸਥਾ, ਸੁਖਨ ਅਵਸਥਾ ਔਰ ਜਾਗਰਤ ਸੁਖਨ ਅਵਸਥਾ ਦੇ ਵਿੱਚ ਰਹਿੰਦੀ ਹੈ। ਜਦੋਂ ਅਸੀਂ ਜਾਗਰਤ ਅਵਸਥਾ ਦੇ ਵਿੱਚ ਹੈ ਉਸ ਵੇਲੇ ਅਸੀਂ ਇੱਥੇ ਦੋਨਾਂ ਅੱਖਾਂ ਦੇ ਦਰਮਿਆਨ ਹੈ ਔਰ ਕਿਸੇ ਅੰਨੇ ਨੂੰ ਵੀ ਆਵਾਜ਼ ਦਿੰਦੇ ਹੈ, ਉਹ ਵੀ ਇਹੀ ਤਵੱਜੋ ਦੇ ਕੇ ਇਸ ਜਗ੍ਹਾ ਧਿਆਨ ਰੱਖ ਕੇ ਕਹਿੰਦਾ ਹੈ ਕੌਣ ਆ ਭਾਈ। ਇਸੇ ਤਰ੍ਹਾਂ ਜਦ ਥੋੜ੍ਹਾ ਜਿਹਾ ਅਸੀਂ ਸੁਪਨ ਅਵਸਥਾ ਦੇ ਵਿੱਚ ਜਾਂਦੇ ਹਾਂ, ਕੰਠ ਦੇ ਵਿੱਚ ਸਾਡੀ ਸੁਰਤ ਆਉਂਦੀ ਹੈ, ਉਦੋਂ ਸਾਨੂੰ ਪੂਰੀ ਹੋਸ਼ ਨਹੀਂ ਹੁੰਦੀ ਗੀ। ਇਸੇ ਤਰ੍ਹਾਂ ਜਦ ਉਦੋਂ ਵੀ ਗਹਿਰੀ ਸੁਪਨ ਅਵਸਥਾ ਦੇ ਵਿੱਚ ਜਾਂਦੇ ਹਾਂ, ਪੂਰੀ ਅਸੀਂ ਗੱਲਬਾਤ ਨਹੀਂ ਕਰ ਸਕਦੇ ਗੇ ਔਰ ਆਮ ਤੌਰ 'ਤੇ ਜਿਹੜੇ ਪ੍ਰਾਣਾਯਾਮ ਵਾਲੇ ਹੈ ਇਸ ਜਗ੍ਹਾ ਹੀ ਬੈਠੇ ਹੁੰਦੇ ਆ, ਨਾਭੀ ਦੇ ਅੰਦਰ ਹੀ ਬੈਠੇ ਹੁੰਦੇ ਹੈ। ਸੋ ਸੰਤ ਮਹਾਤਮਾ ਕਹਿੰਦੇ ਹੈ ਕਿ ਅਗਰ ਤੁਸੀਂ ਸਿਮਰਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਆਓਗੇ, ਆਪਣੇ ਖਿਆਲ ਨੂੰ ਤੀਸਰੇ ਤਲ 'ਤੇ ਇਕਾਗਰ ਕਰੋਗੇ, ਤੁਹਾਡਾ ਸੱਚਾ ਪ੍ਰਾਣਾਯਾਮ ਹੋ ਜਾਏਗਾ। ਇਹ ਕੁਦਰਤੀ ਪ੍ਰਾਣਾਯਾਮ ਹੈ, ਇਹ ਬਣਾਉਟੀ ਪ੍ਰਾਣਾਯਾਮ ਨਹੀਂ ਗਾ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਸਦਾ ਹੀ ਇਹ ਠੋਕਰ ਮਾਰ ਕੇ ਦੱਸਦੇ ਗਏ ਹੈ ਕਿ ਪਿਆਰਿਓ ਇਹ ਦੇਸ਼ ਪਰਾਇਆ ਹੈ ਜਿਹਦੇ ਵਿੱਚ ਤੁਸੀਂ ਆਏ ਹੋ, ਇਹ ਦੇਹ ਪਰਾਈ ਹੈ, ਕਿਰਾਏ ਦਾ ਮਕਾਨ ਹੈ ਜਿਹਦੇ ਵਿੱਚ ਤੁਸੀਂ ਬੈਠਿਆ ਇਤਨਾ ਹੰਕਾਰ ਕਰਦੇ ਹੋ, ਇਨਸਾਨ ਨੂੰ ਇਨਸਾਨ ਤੱਕ ਨਹੀਂ ਸਮਝਦੇਗੇ। ਤੋ ਆਪ ਕਹਿਣਗੇ ਇੱਕ ਦਿਨ ਨਾ ਇਸ ਦੇਸ਼ ਵਿੱਚ ਰਹਿਣਾ ਤੁਸੀਂ, ਨਾ ਉਸ ਘਰ ਦੇ ਵਿੱਚ ਰਹਿਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਵਿਰਸ਼ਾ ਹੇ ਸਭ ਜੰਤ ਇਕੱਠੇ, ਇੱਕ ਖੱਟੇ ਇੱਕ ਬੋਲਣ ਤੱਤੇ, ਅਸ ਅਦੋਕ ਪਈ ਉੱਠ ਚੱਲੇ ਜਿਉਂ ਜਿਉਂ ਰਹਿਣ ਦਿਹਾਣੀਆਂ। ਆਪ ਕਹਿਣ ਲੱਗੇ ਕਿ ਜਿਸ ਤਰ੍ਹਾਂ ਕੋਈ ਦਰਖਤ ਹੈ ਬੜੇ, ਉਹਨਾਂ ਦੇ ਉੱਪਰ ਆ ਕੇ ਦੂਰੋਂ ਨੇੜੋਂ ਜਾਨਵਰ ਬੈਠ ਜਾਂਦੇ ਹੈ, ਉਹ ਆਪਣੀ ਪਿਆਰ ਦੀ ਬੋਲੀ ਰਾਤ ਨੂੰ ਬੋਲਦੇ ਹੈ, ਕੋਈ ਪਿਆਰ ਨਾਲ ਬੋਲਦਾ ਹੈ, ਕੋਈ ਉੱਥੇ ਕੜਵਾ ਬੋਲਦਾ ਹੈ। ਸੁਬਾਹ ਜਦੋਂ ਹੁੰਦੀ ਹੈ ਸਾਰੇ ਆਪੋ ਆਪਣੇ ਰਸਤਿਆਂ ਨੂੰ ਪੈ ਜਾਂਦੇ ਹੈ, ਇਸੇ ਤਰ੍ਹਾਂ ਸਾਡਾ ਪਰਿਵਾਰ ਬਣ ਜਾਂਦਾ ਹੈ। ਕਿੱਧਰੋਂ ਕੋਈ ਭੈਣ ਬਣ ਜਾਂਦੀ ਹੈ, ਮਾਤਾ ਬਣ ਜਾਂਦੀ ਹੈ, ਪਿਤਾ ਬਣ ਜਾਂਦਾ ਹੈ, ਯਾਰ ਦੋਸਤ ਬਣ ਜਾਂਦੇ ਹੈ। ਜਿਵੇਂ ਜਿਵੇਂ ਸਾਡੀ ਉਮਰ ਮੁੱਕ ਜਾਂਦੀ ਹੈ ਜਾਂ ਅਸੀਂ ਇਹ ਕਹਿ ਸਕਦੇ ਹਾਂ ਸਾਡਾ ਦੇਣਾ ਲੈਣਾ ਖਤਮ ਹੋ ਜਾਂਦਾ ਹੈ, ਸਭ ਅਸੀਂ ਆਪੋ ਆਪਣੇ ਰਸਤਿਆਂ ਵਿੱਚ ਪੈ ਜਾਂਦੇ ਹੈ। ਇਸ ਪਰਿਵਾਰ ਦੇ ਅੰਦਰ ਕੋਈ ਖੱਟਾ ਬੋਲਦਾ, ਕੋਈ ਮਿੱਠਾ ਬੋਲਦਾ ਹੈ, ਕੋਈ ਕੜਵਾ ਬੋਲਦਾ ਹੈ, ਆਪੋ ਆਪਣੇ ਕਰਮਾਂ ਦੇ ਮੁਤਾਬਕ ਹੀ ਸਾਨੂੰ ਬੋਲੀ ਮਿਲਦੀ ਹੈ ਔਰ ਬੁੱਧੀ ਮਿਲਦੀ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਕਹਿੰਦੇ ਹੈ ਆਖਿਰ ਦੇ ਉੱਤੇ ਆ ਕੇ ਨਾ ਸਾਡਾ ਕੋਈ ਕਿਸੇ ਨਾਲ ਰਿਸ਼ਤਾ ਹੈ, ਨਾ ਕੋਈ ਭੈਣ ਹੈ, ਨਾ ਭਰਾ ਹੈ। ਸਾਨੂੰ ਇਹ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਅਸੀਂ ਕਿਤਨੀਆਂ ਪਤਨੀਆਂ ਬਣੇ ਹੈ, ਕਿੰਨੇ ਦੇ ਅਸੀਂ ਪਤਨੀਆਂ ਬਣੇ ਹੈ, ਕਿੰਨਿਆਂ ਨੂੰ ਅਸੀਂ ਬਾਪ ਬਣਾਇਆ ਹੈ, ਕਿੰਨਿਆਂ ਦੇ ਅਸੀਂ ਬੇਟੇ ਬਣੇ ਹੈ। ਤੋ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਜੇ ਸਾਡੇ ਪਹਿਲੇ ਕੁਟੁੰਬ ਪਰਿਵਾਰ ਯਾਦ ਨਹੀਂ, ਜੋ ਕੁਛ ਅਸੀਂ ਅੱਜ ਬਣਾਇਆ ਹੈ ਇਹ ਸਾਡੇ ਕਿਸ ਤਰ੍ਹਾਂ ਯਾਦ ਰਹਿ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਅਸਥਾਵਰ ਜੰਗਮ ਕੀਟ ਪਤੰਗਾ, ਅੰਤ ਜਨਮ ਕੀਨੇ ਬਹੁ ਰੰਗਾ। ਆਪ ਕਹਿਣ ਲੱਗੇ ਅਨੇਕਾਂ ਵਾਰੀ ਅਸੀਂ ਐਸੇ ਘਰ ਬਣਾ ਕੇ ਚਲੇ ਗਏ ਹੈਂ, ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਪਿਆਰ ਨਾਲ ਕਹਿੰਦੇ ਹੈ ਜੋ ਘਰ ਛੱਡ ਗਵਾਵਣਾ ਸੋ ਲੰਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਦੀ ਚਿੰਤਾ ਨਾ ਹੈ। ਜਿਸ ਘਰ ਨੂੰ ਛੱਡ ਜਾਣਾ ਹੈ ਅਸੀਂ ਦੇਖਦੇ ਹਾਂ, ਸਾਡੇ ਦੇਖਦੇ ਹਾਂ ਸਾਡੇ ਸਾਥੀ ਜਿਹੜੇ ਹੈ ਉਹ ਛੱਡ ਕੇ ਚਲੇ ਜਾਂਦੇ ਹੈ, ਖੁਦ ਵੀ ਉਹਨਾਂ ਨੂੰ ਜਾ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਅਸੀਂ ਛੱਡ ਆਉਂਦੇ ਹੈ, ਉੱਥੇ ਜਾ ਕੇ ਡੱਕਾ ਤੋੜ ਕੇ ਸਿੱਟੇ ਆਉਂਦੇ ਹੈ। ਜੇ ਮੁਸਲਮਾਨਾਂ ਦੇ ਜਾਮੇ ਵਿੱਚ ਹੈ ਤਾਂ ਕਬਰ ਦੇ ਉੱਤੇ ਮਿੱਟੀ ਦੀ ਮੁੱਠ ਰੱਖ ਦਿੰਦੇ ਹੈ ਕਿ ਹੁਣ ਤੂੰ ਸਾਨੂੰ ਮਿੱਟੀ ਵਰਗਾ ਹੈ, ਔਰ ਅਸੀਂ ਹਿੰਦੂ ਸਮਾਜ ਦੇ ਵਿੱਚ ਹੈ ਡੱਕਾ ਤੋੜ ਦਿੰਦੇ ਹਾਂ ਕਿ ਤੇਰਾ ਸਾਡਾ ਜਿਹੜਾ ਤਲਕ ਹੈ ਅੱਜ ਕੱਲ੍ਹ ਖਤਮ ਹੈ। ਸਾਡੇ ਰਾਜਸਥਾਨ ਦੇ ਅੰਦਰ ਕਈ ਸਮਾਜ ਜੋ ਕੰਡਿਆਂ ਵਾਲੀ ਝਾੜੀ ਹੈ ਉਸ ਉੱਪਰ ਪੈਰ ਰੱਖਦੇ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਤਰਵਾ ਲੱਗਦਾ ਹੈ। ਹੁਣ ਤੁਸੀਂ ਸੋਚ ਕੇ ਦੇਖ ਲਓ ਜਿਨ੍ਹਾਂ ਦੀ ਖਾਤਰ ਅਸੀਂ ਬੜੇ ਕੀਮਤੀ ਅਸੂਲ ਕੁਰਬਾਨ ਕੀਤੇ ਹੁੰਦੇ ਹੈ, ਅੱਖ ਡੱਕਾ ਤੋੜ ਕੇ ਸਿੱਟੇ ਹੁੰਦੇ ਹੈ, ਲੇਕਿਨ ਅਸੀਂ ਸਭ ਕੁਛ ਅੱਖਾਂ ਨਾਲ ਦੇਖਦੇ ਹਾਂ, ਇਹ ਸੋਚਦੇ ਹਾਂ
ਕਿ ਮੌਤ ਤਾਂ ਸ਼ਾਇਦ ਇਹਨਾਂ ਵਾਸਤੇ ਸੀ, ਸਾਡੇ ਵਾਸਤੇ ਤਾਂ ਐਸ਼ੋ ਇਸ਼ਰ ਤਾਂ ਹੀ ਹੈ, ਸ਼ਰਾਬਾ ਕਬਾਬਾ ਹੀ ਹਨ, ਸਾਨੂੰ ਕਿਵੇਂ ਪੁੱਛਣਾ ਹੈ। ਸੁਖਬੀਰ ਸਾਹਿਬ ਕਹਿੰਦੇ ਆ, ਇਹ ਤਨ ਕਾਬਲੀ ਦੀ ਕੁੜੀਆ ਬੂੰਦ ਪੜਤ ਗਲ ਜਾਓਗੇ, ਕਹਿਤ ਕਬੀਰ ਸੁਣੋ ਭਏ ਸਾਧੋ, ਇੱਕ ਨਾਮ ਨਾ ਪਛਤਾਓਗੇ। ਆਪ ਕਹਿਣ ਲੱਗੇ, ਜਿਸ ਤਰ੍ਹਾਂ ਕਾਬਲੀ ਦੀ ਕੁੜੀ ਦੇ ਉੱਪਰ ਪਾਣੀ ਪੈਂਦਾ ਹੈ ਉਹ ਗਲ ਜਾਂਦਾ ਹੈ, ਇਸੇ ਤਰ੍ਹਾਂ ਕੋਈ ਬਿਮਾਰੀ ਬੇਕਾਰ ਕਰਦੇ ਨੇ ਵਡੇਪਾ ਆ ਜਾਂਦਾ ਹੈ, ਉਹ ਹੀ ਸਰੀਰ ਹੁੰਦਾ ਹੈ। ਵਡੇਪੇ ਵਿੱਚ ਸਾਨੂੰ ਪਤਾ ਹੀ ਹੈ, ਲੱਤਾਂ ਹੱਥ ਕੰਨ ਨੱਕ ਸਭ ਕੁਛ ਜ਼ਬਾਨ ਫਸਲਾ ਜਾਂਦੀ ਹੈ, ਸਾਰੇ ਅੰਗ ਜਵਾਬ ਦੇ ਜਾਂਦੇ ਹੈ। ਤੋ ਇਸ ਵਾਸਤੇ ਸੰਤ ਕਹਿੰਦੇ ਹੈ, ਇਹ ਕਾਲੀ ਦੀ ਕੁੜੀ ਦੀ ਤਰ੍ਹਾਂ ਹੀ ਹੈ, ਮੂੰਡ ਪੜਤ ਗੱਲ ਜਾਓਗੇ, ਅਗਰ ਤੁਸੀਂ ਨਾਮ ਨਹੀਂ ਜਪਿਆ, ਨਾਮ ਦੀ ਕਮਾਈ ਨਹੀਂ ਕੀਤੀ, ਕਹਿੰਦੇ ਆਖਿਰ ਵੇਲੇ ਤੁਹਾਨੂੰ ਪਛਤਾਉਣਾ ਪਏਗਾ ਕਿ ਅਸੀਂ ਇਸ ਵਕਤ ਨੂੰ ਕਿਉਂ ਖਰਾਬ ਕਰ ਦਿੱਤਾ, ਕਿਉਂ ਨਾ ਅਸੀਂ ਇਸ ਵਕਤ ਤੋਂ ਫਾਇਦਾ ਉਠਾਇਆ। ਤੋ ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਸਾਡੀ ਆਤਮਾ ਸਤਖੰਡ ਦੀ ਵਾਸੀ ਹੈ, ਸਾਡਾ ਘਰ ਸਤਖੰਡ ਹੈ, ਉੱਥੋਂ ਦਾ ਇਹ ਪੰਛੀ ਹੈ, ਉੱਥੋਂ ਦਾ ਇਹ ਤੋਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਸੋਹਤ ਪਿੰਜਰ ਪ੍ਰੇਮ ਕਾ ਬੋਲੇ ਬੋਲਣ ਹਾਰ, ਸੱਚ ਚੁਗਾ ਅੰਮ੍ਰਿਤ ਪੀਏ ਉਡਾ ਧਾਤੇ ਕਹਿਵਾਰ। ਆਪ ਕਹਿਣ ਲੱਗੇ, ਜਿਸ ਤਰ੍ਹਾਂ ਪਿੰਜਰੇ ਦੇ ਨਾਲ ਜਾਨਵਰ ਤੋਤਾ ਪਿਆਰ ਪਾ ਕੇ ਕਈ ਕਿਸਮ ਦੀਆਂ ਬੋਲੀਆਂ ਬੋਲਦਾ ਹੈ, ਇਸੇ ਤਰ੍ਹਾਂ ਇਹ ਸਾਡਾ ਵਜੂਦ ਵੀ ਇੱਕ ਪਿੰਜਰਾ ਹੈ, ਆਤਮਾ ਸਾਡੀ ਤੋਤਾ ਹੈ। ਇਸ ਪਿੰਜਰੇ ਨਾਲ ਪਿਆਰ ਪਾ ਕੇ ਇਹ ਕਦੇ ਦੁੱਖ ਦੀ ਬੋਲੀ ਬੋਲਦੀ ਹੈ, ਕਦੇ ਸੁੱਖ ਦੀ ਬੋਲੀ ਬੋਲਦੀ ਹੈ। ਜਿਸ ਸਮਾਜ ਵਿੱਚ ਇਹ ਆਤਮਾ ਜਾ ਕੇ ਪੈਦਾ ਹੁੰਦੀ ਹੈ, ਉਹ ਸਮਾਜ ਦੀ ਬੋਲੀ ਬੋਲਦੀ ਹੈ, ਕਦੇ ਹਿੰਦੂਆਂ ਦੇ ਬੋਲੀ ਬੋਲਦੀ ਹੈ, ਕਦੇ ਮੁਸਲਮਾਨਾਂ ਦੀ ਬੋਲੀ ਬੋਲਦੀ ਹੈ, ਕਦੇ ਹੋਰ ਕਿਸੇ ਭਾਸ਼ਾ ਦਾ ਸ਼ਬਦ ਅਪਣਾ ਲੈਂਦੀ ਹੈ। ਆਪ ਕਹਿਣ ਲੱਗੇ, ਸੱਚ ਚੁਗੈ ਅੰਮ੍ਰਿਤ ਪੀਆ ਉਡਾ ਤਾਂ ਇਹ ਕਹਿਵਾਰ। ਅਗਰ ਇਸ ਪਿੰਜਰੇ ਦਾ ਸਾਥ ਛੱਡ ਕੇ ਸੱਚ ਉਸ ਅਨਹਦ ਸ਼ਬਦ ਦਾ ਚੋਗਾ ਚੁਵੇ ਤਾਂ ਇੱਕੇ ਵਾਰੀ ਸੰਸਾਰ ਵਿੱਚ ਆਉਣਾ ਪੈਂਦਾ ਹੈ। ਅਸੀਂ ਆਪਣੇ ਘਰ ਜਿੱਥੋਂ ਫਿਰ ਸਾਡੀ ਆਤਮਾ ਆਈ ਹੈ ਸਤਖੰਡ ਪਹੁੰਚ ਜਾਂਦੇ ਹੈ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਪਿਆਰਿਓ, ਕਿਰਾਏ ਦੇਸ਼ ਵਿੱਚ ਕੀ ਰੱਖਿਆ ਹੋਇਆ ਹੈ? ਸਿਆਣਾ ਆਦਮੀ ਉਹੀ ਹੈ, ਸਿਆਣਾ ਮਹਿਮਾਨ ਉਹੀ ਹੁੰਦਾ ਹੈ ਜੋ ਕਿਰਾਏ ਘਰ ਅੰਦਰ ਆ ਕੇ ਆਪਣੇ ਘਰ ਦੀ ਯਾਦਦਾਸ਼ਤ ਬਣਾਈ ਰੱਖਦਾ ਹੈ ਕਿ ਮੈਂ ਕਿਸੇ ਵੇਲੇ ਇੱਥੋਂ ਜਾਣਾ ਹੈ। ਉਸਨੂੰ ਪਤਾ ਹੈ ਕਿ ਮੈਂ ਇਸ ਜਗ੍ਹਾ ਰਹਿਣਾ ਨਹੀਂ ਗਾ, ਆਖਿਰ ਮੈਂ ਆਪਣੇ ਘਰ ਜਾਣਾ ਹੈ। ਸੋ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਸਿਆਣਾ ਆਦਮੀ ਉਹੀ ਹੈ ਜਿਹੜਾ ਇਸ ਦੇਸ਼ ਵਿੱਚ ਇਸ ਸਰੀਰ ਵਿੱਚ ਆ ਕੇ ਆਪਣੇ ਘਰ ਸੱਚਖੰਡ ਦੀ ਵੀ ਯਾਦ ਰੱਖਦਾ ਹੈ ਕਿ ਮੈਂ ਇੱਕ ਦਿਨ ਜਾਣਾ ਹੈ, ਕਿਹੜਾ ਵਕਤ ਆਏਗਾ, ਕੌਣ ਮੈਨੂੰ ਉੱਥੇ ਭੈਣ ਭਰਾ ਮਿਲਣਗੇ। ਹਜ਼ਰਤ ਬਾਹੂ ਕਹਿੰਦਾ ਹੈ ਕਿ ਇੱਕ ਤਾਂ ਮਾਤਾ ਪਿਤਾ ਦਾ ਵਿਛੋੜਾ ਹੋਵੇਗਾ, ਦੂਸਰਾ ਸਾਨੂੰ ਇੰਨੇ ਮਕਾਨ ਅਸੀਂ ਖੁੱਲ੍ਹੇ ਰੱਖਦੇ ਹਾਂ, ਉੱਥੇ ਕਬਰ ਦੀ ਵੀ ਤੰਗੀ ਨਜ਼ਰ ਵਿੱਚ ਆਉਂਦੀ ਹੈ। ਇੱਕ ਵਿਛੋੜਾ ਮਾਂ ਪਿਓ ਪਾਈਆਂ, ਦੂਜਾ ਅਜਾਬ ਕਬਰ ਦਾ ਹੋ, ਦੂਸਰਾ ਕਸ਼ਟ ਉੱਥੇ ਕਬਰ ਦਾ ਹੈ। ਸੋ ਇਸ ਵਾਸਤੇ ਕਬਰਾਂ ਦੇ ਵਿੱਚ ਆਨਣਾ ਪਾਣੀ, ਉੱਥੇ ਖਰਚ ਲੜੀਂਦਾ ਕਰਦਾ ਹੋ। ਅਸੀਂ ਕਿਸੇ ਜਗ੍ਹਾ ਜਾਣਾ ਹੈ, ਕੀ ਕਰਦੇ ਹਾਂ, ਉੱਥੇ ਰਸਤ ਵਗੈਰਾ ਪਹਿਲਾਂ ਹੀ ਭੇਜ ਦਿੰਦੇ ਹਾਂ ਜਾਂ ਉੱਥੇ ਟੈਲੀਫੋਨ ਕਰ ਦਿੰਦੇ ਹਾਂ ਕਿ ਅਸੀਂ ਫਲਾਣੇ ਟਾਈਮ ਆਵਾਂਗੇ, ਵਿੱਚ ਸਾਡਾ ਇੰਤਜ਼ਾਮ ਰੱਖਣਾ ਹੈ, ਸਾਡੇ ਯਾਰ ਦੋਸਤ ਭੈਣ ਭਰਾ ਸਭ ਇੰਤਜ਼ਾਮ ਉੱਥੇ ਕਰ ਦਿੰਦੇ ਹੈ। ਲੇਕਿਨ ਜਿਹੜਾ ਸਫ਼ਰ ਸਾਡੇ ਜਿਹੜਾ ਅਸੀਂ ਜ਼ਰੂਰ ਕਰਨਾ ਹੈ, ਜਿਸ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਸਾਨੂੰ ਇਹ ਨਹੀਂ ਪਤਾ ਕਿ ਉਹ ਸਫ਼ਰ ਕਿੰਨਾ ਲੰਬਾ ਹੈ, ਕਿੰਨਾ ਗਹਿਰਾ ਹੈ ਔਰ ਕਿੰਨਾ ਉਹ ਅੰਧਿਆਰਾ ਹੈ। ਸੁਖਮਨੀ ਸਾਹਿਬ ਦੇ ਅੰਦਰ ਉਹਨਾਂ ਨੇ ਬੜਾ ਹੀ ਇਸ ਸਫ਼ਰ ਦਾ ਜ਼ਿਕਰ ਕੀਤਾ ਹੈ। ਨਾ ਇਹ ਪਤਾ ਹੈ ਕਿ ਕਿਤਨੇ ਮੀਲ ਹੈ, ਕਿਤਨੇ ਕੋਰਸ ਹੈ, ਕਿ ਤੁਸੀਂ ਉੱਥੇ ਕਿਹਨੂੰ ਤੁਸੀਂ ਤਾਰ ਭੇਜੋਗੇ, ਕਿਹਨੂੰ ਕਿਹੜੇ ਸੱਜਣ ਨੂੰ ਟੈਲੀਫੋਨ ਕਰੋਗੇ ਕਿ ਅਸੀਂ ਆ ਰਹੇ ਹਾਂ। ਸੋ ਇਸ ਵਾਸਤੇ ਉਹ ਰਸਤੇ ਦੇ ਉੱਤੇ ਅਸੀਂ ਸਦਾ ਹੀ ਹਰ ਵੇਲੇ ਪੈਣਾ ਹੈ, ਉਹ ਕਦੇ ਅਸੀਂ ਸਫ਼ਰ ਆਪਣੀਆਂ ਅੱਖਾਂ ਅੱਗੇ ਲਿਆਂਦਾ ਨਹੀਂ ਗਾ। ਅਸੀਂ ਸੋਚਦੇ ਹਾਂ ਕਿ ਅਸੀਂ ਕਿਹੜਾ ਐਸਾ ਸਫ਼ਰ ਕਰਨਾ ਹੈ। ਸੋ ਜਿਹੜੇ ਸਿਆਣੇ ਮਹਾਤਮਾ ਹੁੰਦੇ ਹੈ, ਮਾਲਕ ਦੇ ਪਿਆਰੇ ਹੁੰਦੇ ਹੈ, ਉਹ ਹਮੇਸ਼ਾ ਉਹ ਸਫ਼ਰ ਲੋਕਾਂ ਅੱਗੇ ਰੱਖਦੇ ਹੈ
ਗੁਰੂ ਨਾਨਕ ਕਹਿੰਦੇ ਆ ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਮਣਿਆ। ਉਹ ਜਿਹੜਾ ਜੋ ਖਰਚਾ ਹੈ ਇਹ ਸਰੀਰ ਅਗਨੀ ਦੇ ਹਵਾਲੇ ਹੋ ਜਾਣਾ ਹੈ। ਜੋ ਕੁਛ ਸਾਡੇ ਪਾਪ ਸਾਡੀ ਜ਼ਿੰਦਗੀ ਦਾ ਕਮਾਇਆ ਹੁੰਦਾ ਹੈ ਧਨ ਪਦਾਰਥ, ਇਹਦੀ ਤਾਂ ਗੱਲ ਇਹ ਹੈ ਕਿ ਸਾਡੇ ਜਿਉਂਦਿਆਂ ਜਿਉਂਦਿਆਂ ਹੀ ਉਹ ਬਾਲ ਬੱਚਿਆਂ ਨੇ ਸਾਂਭ ਲੈਣਾ ਹੈ, ਉਸ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲੈਣਾ ਹੈ। ਔਰ ਅਗਰ ਜੇ ਥੋੜ੍ਹਾ ਬਹੁਤਾ ਕੋਈ ਦੇਣੇ ਲੈਣ ਦੇ ਹਿਸਾਬ ਨਾਲ ਉਹ ਅੱਛੇ ਹੈ, ਸਾਡਾ ਆਦਰ ਕਰਦੇ ਹੈ, ਬੁੱਢੇ ਹੋਇਆਂ ਨੂੰ ਵੀ ਉਸ ਦਾ ਵਾਰਸ ਬਣਾਈ ਰੱਖਦੇ ਹੈ, ਤੋ ਆਖਿਰ ਜਿਹਦੇ ਸਰੀਰ ਦੇ ਵਿੱਚੋਂ ਆਤਮਾ ਉਡਾਰੀ ਮਾਰਦੀ ਹੈ ਉਸ ਦਿਨ ਉਹ ਪਰਾਇਆ ਹੋ ਜਾਣਾ ਹੈ। ਤੋ ਗੁਰੂ ਸਾਹਿਬ ਕਹਿੰਦੇ ਹੈ ਇਹ ਸਮਾਨ ਦੇ ਵਿੱਚੋਂ ਤੁਹਾਡੇ ਨਾਲ ਕੀ ਜਾਏਗਾ ਬਈ, ਨਾਮ ਤੋਂ ਬਗੈਰ ਤੁਹਾਡਾ ਕੋਈ ਸੰਗੀ ਸਾਥੀ ਨਹੀਂ ਗਾ। ਆਪ ਕਹਿੰਦੇ ਹੈ ਨਾਮ ਹੀ ਕੋਸ਼ਾ ਹੈ, ਨਾਮ ਹੀ ਉੱਥੋਂ ਦੀ ਖੁਰਾਕ ਹੈ। ਅਗਰ ਤੁਹਾਡੇ ਪਾਸ ਨਾਮ ਹੋਏਗਾ ਤਾਂ ਹੀ ਤੁਹਾਡੀ ਉਹ ਰੱਖਿਆ ਕਰੇਗਾ, ਤਾਂ ਹੀ ਤੁਹਾਡੀ ਸਹਾਇਤਾ ਕਰੇਗਾ ਜੀ। ਇੰਦਰੀਆਂ ਦਾ ਕੰਮ ਕਰਦੇ ਹਾਂ, ਜਿਹੜੀ ਵੀ ਇੰਦਰੀ ਚਾਹੁੰਦੀ ਹੈ ਉਹ ਖਿੱਚ ਕੇ ਲੈ ਜਾਂਦੀ ਹੈ। ਜਵਾਨ ਦੀ ਇੰਦਰੀ ਚੰਗੇ ਖਾਣਿਆਂ 'ਤੇ ਲੈ ਜਾਂਦੀ ਹੈ, ਕੰਨਾਂ ਦੀ ਇੰਦਰੀ ਰਾਗ ਰੰਗਾਂ 'ਤੇ ਲੈ ਜਾਂਦੀ ਹੈ, ਇਸੇ ਤਰ੍ਹਾਂ ਸੋਹਣੀਆਂ ਸ਼ਕਲਾਂ 'ਤੇ ਅੱਖਾਂ ਦੀ ਇੰਦਰੀ ਲੈ ਜਾਂਦੀ ਹੈ। ਭਾਈ ਗੁਰਦਾਸ ਨੇ ਕਿਹਾ ਸੀਗਾ ਅੱਖੀਆਂ ਦੇਖ ਨਾ ਰਜੀਆਂ ਬਹੁ ਰੰਗ ਤਮਾਸੇ। ਆਪ ਕਹਿਣ ਲੱਗੇ ਨਾ ਤਾਂ ਜੀਭਾ ਖਾ ਖਾ ਕੇ ਰੱਜੀ ਹੈ, ਨਾ ਕੰਨ ਰਾਗ ਸੁਣ ਸੁਣ ਕੇ ਰੱਜੇ ਹੈ, ਤੋ ਇਸ ਵਾਸਤੇ ਅਸੀਂ ਕਹਾਂਗੇ ਅਸੀਂ ਆਪਣਾ ਕੰਮ ਕਰਦੇ ਹਾਂ। ਕਹਿੰਦੇ ਨਹੀਂ, ਇਹ ਤਾਂ ਪਰਾਇਆ ਕੰਮ ਹੈ, ਅਗਰ ਪੁੱਤਾਂ ਧੀਆਂ ਦਾ ਕਰਦੇ ਹੈ ਉਹ ਵੀ ਸਾਡਾ ਪਰਾਇਆ ਕੰਮ ਹੈ। ਸੋ ਆਪ ਕਹਿਣ ਲੱਗੇ ਸਾਡਾ ਕੰਮ ਕਿਹੜਾ ਹੈ? ਸੰਤ ਕਹਿੰਦੇ ਤੁਹਾਡਾ ਕੰਮ ਸ਼ਬਦ ਨਾਮ ਦੀ ਕਮਾਈ ਹੈ। ਸੋ ਮੇਰਾ ਮਤਲਬ ਇਹ ਵੀ ਨਹੀਂ ਸੰਤਾਂ ਦਾ ਕਿ ਜੋ ਕੁਛ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਇਸ ਨੂੰ ਤੁਸੀਂ ਛੱਡ ਕੇ ਜੰਗਲਾਂ ਪਹਾੜਾਂ 'ਚ ਚਲੇ ਜਾਣਾ ਹੈ ਜਾਂ ਇਹਦੇ ਨਾਲ ਤੁਸੀਂ ਨਫ਼ਰਤ ਕਰਨੀ ਹੈ। ਸਿਆਣਾ ਆਦਮੀ ਜਿਹੜਾ ਹੁੰਦਾ ਹੈ ਉਹ ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਦੀ ਅਸਲੀਅਤ ਨੂੰ ਵੀ ਸਮਝਦਾ ਹੈ। ਗੁਰੂ ਸਾਹਿਬ ਦੱਸਦੇ ਹੈ ਕਿ ਜਗਤ ਨੇ ਝੂਠੀ ਦੇਖੀ ਪ੍ਰੀਤ, ਆਪਣੇ ਹਿੱਤ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਕਹਿਤ ਕਹਿ ਹਿੱਤ ਸੋ ਬੰਧ ਉਚੀਤ, ਅੰਤ ਕਾਲ ਸੰਗੀ ਨਾ ਕੋਈ ਇਹ ਅਚਰਜ ਹੈ ਰੀਤ, ਮਨ ਮੂਰਖ ਅਜੇ ਨਾ ਸਮਝ ਸਿੱਖਦਾ ਹਾਰਿਓ ਮੀਤ। ਰੋਜ਼ ਦੇਖਦੇ ਹਾਂ ਲੇਕਿਨ ਮਨ ਦੇ ਉੱਪਰ ਜੂੰ ਤੱਕ ਨੀਰੀ ਹੁੰਦੀ। ਮੈਂ ਕਹਾਣੀ ਦੱਸਦਾ ਹੁੰਦਾ ਹੈ ਕਿ ਕੋਈ ਪ੍ਰੇਮੀ ਸੰਤਾਂ ਦੇ ਪਾਸ ਜਾਂਦਾ ਹੁੰਦਾ ਸੀਗਾ। ਸੰਤ ਉਹਦੇ ਨਾਲ ਅੱਛਾ ਪਿਆਰ ਕਰਦੇ ਹੁੰਦੇ ਸੀਗੇ, ਕਹਿੰਦੇ ਵੀ ਨਾਮ ਜਪਿਆ ਕਰ। ਉਹ ਕਹਿਣ ਲੱਗਿਆ ਵੀ ਮੇਰਾ ਦਿਲ ਤਾਂ ਬੜਾ ਕਰਦਾ ਹੈ, ਮੇਰੀ ਪਤਨੀ ਜਿਹੜੀ ਹੈ ਉਹ ਮੈਨੂੰ ਇਸ ਪਾਸੇ ਆਉਣ ਨਹੀਂ ਦਿੰਦੀ ਗੀ। ਉਹ ਕਹਿਣ ਲੱਗੇ ਦੇਖ ਵੀ ਤੂੰ ਪਤਨੀ ਦੀ ਵੀ ਡਿਊਟੀ ਨਿਭਾ ਜੋ ਫਰਜ਼ ਹੈ, ਲੇਕਿਨ ਆਖਰ ਇਹ ਤਾਂ ਦੁਨਿਆਵੀ ਪ੍ਰੀਤ ਹੈ। ਕਹਿਣ ਲੱਗੇ ਨਹੀਂ ਜੀ, ਉਹ ਤਾਂ ਮਰ ਜਾਏਗੀ ਜੇ ਮੈਂ ਉਸ ਨੂੰ ਛੱਡ ਕੇ ਆ ਜਾਵਾਂ ਸਤਸੰਗ ਦੇ ਵਿੱਚ, ਉਹ ਬਚ ਹੀ ਨਹੀਂ ਸਕਦੀ ਜੀ। ਮਹਾਤਮਾ ਸਬਰ ਵਾਲੇ ਹੁੰਦੇ ਹੈ, ਉਹ ਚੁੱਪ ਰਹੇ, ਕਿਉਂਕਿ ਸਾਨੂੰ ਜੀਵਾਂ ਨੂੰ ਪਤਾ ਨਹੀਂ ਹੁੰਦਾ ਗਾ। ਕਦੇ ਕਦੇ ਹਮ ਸਾਡੇ ਜੀਵਾਂ ਨੂੰ ਸਮਝਾਉਣ ਵਾਸਤੇ ਐਸਾ ਕੌਤਕ ਰਚ ਵੀ ਲੈਂਦੇ ਹੈ। ਇੱਕ ਦਿਨ ਉਸ ਨੂੰ ਕਹਿਣ ਲੱਗੇ ਦੇਖ ਨਹੀਂ ਪਿਆਰਿਆ, ਤੂੰ ਅੱਛੀ ਤਰ੍ਹਾਂ ਇਮਤਿਹਾਨ ਲੈ ਲਾ, ਤੈਨੂੰ ਅਸੀਂ ਦੱਸਦੇ ਹਾਂ ਤੂੰ ਘਰੇ ਜਾ ਕੇ ਥੋੜ੍ਹਾ ਬਹੁਤਾ ਮੂਰਛਾ ਵੀ ਖਾ ਕੇ ਪੈ ਜੀ, ਕੋਈ ਨਸ਼ੇ ਵਾਲੀ ਦਵਾਈ ਲੈ ਲਾ, ਔਰ ਫਿਰ ਤੂੰ ਦੇਖੀ ਕਿ ਤੇਰੀ ਪਤਨੀ ਤੇਰੇ ਸਾਥ ਮਰਦੀ ਹੈ ਜਾਂ ਨਹੀਂ ਮਰਦੀ ਹੈ। ਸੋ ਉਹਨੇ ਘਰੇ ਜਾ ਕੇ ਉਸੇ ਤਰ੍ਹਾਂ ਹੀ ਕਿਹਾ, ਘਰਦੇ ਸਾਰੇ ਰੋਏ, ਮਾਤਾ ਪਿਤਾ ਰੋਏ, ਭੈਣ ਭਰਾ ਰੋਏ, ਸਾਨੂੰ ਪਤਾ ਹੀ ਹੈ ਜੋ ਕੁਛ ਅਸੀਂ ਸਾਡੇ ਸਾਥੀ ਗਏ ਤੋਂ ਕਰਦੇ ਹਾਂ, ਸਭ ਨੇ ਬਰਲਾਪ ਕੀਤਾ। ਆਖਿਰ ਜਿੱਥੇ ਸਾਡੀ ਸ਼ਰਧਾ ਹੁੰਦੀ ਹੈ ਉਹਨਾਂ ਮਹਾਤਮਾ ਕੋਲ ਵੀ ਅਸੀਂ ਜਾਂਦੇ ਹਾਂ ਕਿ ਮਹਾਰਾਜ ਜੀ ਤੁਸੀਂ ਕੁਛ ਕਰੋ। ਉਹ ਸੰਤਾਂ ਆ ਕੇ ਬਾਹਰ ਸੀਗੇ ਆਸ਼ਰਮ ਦੇ ਵਿੱਚੋਂ ਆਏ, ਉਹ ਕਹਿਣ ਲੱਗੇ ਹਾਂ ਬਈ ਇਹ ਰਾਜੀ ਹੋ ਸਕਦਾ ਹੈ, ਅਸੀਂ ਦੇਖਿਆ ਹੈ ਅੰਦਰ ਧਿਆਨ ਕਰਕੇ ਇਹ ਬਿਲਕੁਲ ਠੀਕ ਹੋ ਜਾਏਗਾ। ਅਸੀਂ ਪਾਣੀ ਤੁਹਾਨੂੰ ਮੰਦਰ ਕੇ ਮੰਤਰ ਪੜ੍ਹ ਕੇ ਦਿੰਦੇ ਹਾਂ, ਜਿਹੜਾ ਇਸ ਪਾਣੀ ਨੂੰ ਪੀ ਲਵੇਗਾ ਉਹ ਇਹ ਉੱਠ ਖੜੇਗਾ, ਉਹ ਮਰ ਜਾਵੇਗਾ। ਮਾਤਾ ਨੂੰ ਕਿਹਾ, ਉਹ ਕਹਿਣ ਲੱਗੀ ਦੇਖੋ ਜੀ ਮੈਂ ਤਾਂ ਹੁਣ ਬੁੱਢੀ ਹੈ। ਪਿਤਾ ਨੂੰ ਕਿਹਾ, ਉਹ ਵੀ ਕਹਿੰਦਾ ਮੈਂ ਬਜ਼ੁਰਗ ਹੈ, ਠੀਕ ਨਹੀਂ ਗਾ। ਕਹਿਣ ਲੱਗੇ ਫਿਰ ਆਖਰ
ਪਤਨੀ ਨੂੰ ਕਿਹਾ, ਉਹ ਕਹਿਣ ਲੱਗੀ, ਦੇਖੋ ਜੀ ਮੈਂ ਤਾਂ ਅਜੇ ਕੋਈ ਦੁਨੀਆਂ ਦਾ ਰੰਗ ਰਾਗ ਵੀ ਨਹੀਂ ਦੇਖਿਆ ਗਿਆ, ਮੈਂ ਪਾਣੀ ਕਿਸ ਤਰ੍ਹਾਂ ਪੀਵਾਂ, ਇਹ ਤਾਂ ਮਰਨ ਵਾਲਾ ਮਰ ਹੀ ਗਿਆ ਹੈ। ਸੋ ਉਹ ਸਭ ਕੁਛ ਕੰਨਾਂ ਦੇ ਨਾਲ ਸੁਣ ਰਿਹਾ ਸੀਗਾ। ਸੋ ਆਖਿਰ ਮਹਾਤਮਾ ਨੇ ਆਪਣੀ ਤਵੱਜੋ ਦਿੱਤੀ, ਕਿਉਂਕਿ ਉਹ ਤਾਂ ਇੱਕ ਝੂਠ ਮੂਰਦਾ ਉਸਨੂੰ ਸਮਝਾਉਣ ਸੀਗਾ। ਸੋ ਪਿਆਰੇ, ਕੋਈ ਵੀ ਕਿਸੇ ਦੇ ਥਾਂ ਮਰਨ ਵਾਸਤੇ ਤਿਆਰ ਨਹੀਂ ਗਾ। ਮਹਾਰਾਜ ਸਾਵਣ ਸਿੰਘ ਇੱਕ ਬੜੀ ਦਿਲਚਸਪ ਬਾਤ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਲੜਕੀ ਬਿਮਾਰ ਸੀਗੀ, ਉਹਦੀ ਮਾਤਾ ਜਿਹੜੀ ਸੀ ਉਹ ਰੋਜ਼ ਹੀ ਕਹਿੰਦੀ ਸੀ ਕਿ ਹੇ ਪਰਮਾਤਮਾ ਤੂੰ ਮੈਨੂੰ ਚੱਕ ਲੈ, ਮੈਂ ਬਥੇਰਾ ਕੁਛ ਦੁਨੀਆਂ ਦਾ ਦੇਖ ਚੁੱਕੀ ਹੈ, ਮੈਂ ਕਾਫ਼ੀ ਉਮਰ ਭੋਗ ਲਈ ਹੈ, ਇਹ ਅਜੇ ਨਿਆਣੀ ਹੈ, ਦੁਨੀਆਂ ਦਾ ਕੋਈ ਰੰਗ ਰਾਗ ਦੇਖ ਲਏਗੀ, ਔਰ ਆਖਿਰ ਸਾਨੂੰ ਪਤਾ ਹੀ ਹੈ ਕਿ ਐਸਾ ਵਕਤ ਵੀ ਆ ਜਾਂਦਾ ਹੈ। ਇੱਕ ਦਿਨ ਐਸਾ ਹੋਇਆ ਕਿ ਘਰ ਦੇ ਅੰਦਰ ਇੱਕ ਗਊ ਬਾਹਰੋਂ ਆਈ, ਇੱਧਰ ਉੱਧਰ ਉਹਨੇ ਘਰ ਦੇ ਅੰਦਰ ਦੇਖਿਆ, ਖਾਣ ਨੂੰ ਤਾਂ ਕੁਛ ਨਾ ਮਿਲਿਆ, ਉੱਥੇ ਦੇਗ ਪਈ ਸੀ, ਉਹ ਦੇਗ ਦੇ ਵਿੱਚ ਉਹ ਖਾਣ ਲੱਗੀ, ਕੁਛ ਨਾ ਮਿਲਿਆ, ਉਹਦਾ ਜਿਹੜਾ ਮੂੰਹ ਸੀਗਾ ਸਿੰਘ ਸੀ ਉਹ ਦੇਗ ਵਿੱਚ ਫਸ ਗਏ, ਅੱਗੋਂ ਉਹਨੂੰ ਕਾਲਾ ਕਾਲਾ ਦਿਸੇ। ਜਦੋਂ ਸਾਨੂੰ ਪਤਾ ਹੈ ਸਿਰ ਦੀ ਪਛਾਣ ਹੁੰਦੀ ਹੈ, ਮੂੰਹ ਦੀ ਪਛਾਣ ਹੈ ਕੀ ਹੈ। ਹੁਣ ਬੁੱਢੀ ਬੋਲਦੀ ਹੈ, ਸੋਚਦੀ ਹੈ ਕਿ ਮੈਂ ਜਿਸ ਫਰਿਸ਼ਤੇ ਨੂੰ ਰੋਜ਼ ਯਾਦ ਕਰਦੀ ਸੈਂ ਕਿ ਤੂੰ ਮੈਨੂੰ ਲੈ ਜਾ, ਸ਼ਾਇਦ ਇਹ ਉਹ ਫਰਿਸ਼ਤਾ ਹੀ ਆਇਆ ਹੋਇਆ ਹੈ। ਦੇਖ ਕੇ ਬੜਾ ਜਲਦੀ ਕਹਿਣ ਲੱਗੀ, ਦੇਖੋ ਜੀ ਮੈਂ ਤਾਂ ਬੁੱਢੀ ਹਾਂ, ਉਹ ਤਾਂ ਅੱਗੇ ਪਈ ਹੈ ਜਿਹਨੂੰ ਤੁਸੀਂ ਲਿਜਾਣਾ ਹੈ। ਸੋ ਬਾਹਰੋਂ ਤਾਂ ਅਸੀਂ ਪਿਆਰੇ ਗੱਲਾਂ ਕਰਦੇ ਹਾਂ, ਇੱਕ ਦੂਜੇ ਦੇ ਉੱਤੇ ਕੁਰਬਾਨ ਕਰਦੇ ਹਾਂ ਕਿ ਮੈਂ ਮਰਨ ਨੂੰ ਤਿਆਰ ਹਾਂ, ਲੇਕਿਨ ਜਦ ਵਕਤ ਆਉਂਦਾ ਹੈ ਸਾਰੇ ਜਵਾਬ ਦੇ ਕੇ ਚਲੇ ਜਾਂਦੇ ਹੈ। ਤਨ ਸੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪਕਾਰ, ਆਦਿ ਘੜੀ ਕੋ ਨਾ ਰੱਖਦ ਕਰਤੇ ਦੇ ਨਕਾਰ। ਸੋ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ, ਕੌਣ ਕਿਸੇ ਦਾ ਹੈ, ਅਗਰ ਹੈ ਤਾਂ ਸਾਡਾ ਸਤਿਗੁਰੂ ਹੈ ਜਿਨ੍ਹਾਂ ਨੇ ਸਾਨੂੰ ਨਾਮ ਦਿੱਤਾ ਹੈ। ਮੈਂ ਦੱਸਦਾ ਹੁੰਦਾ, ਅਗਰ ਕੋਈ ਸਾਡਾ ਸੱਚਾ ਮਿੱਤਰ ਹੈ, ਬਗੈਰ ਮਜ਼ਦੂਰੀ ਤੋਂ ਅਗਰ ਕੋਈ ਸਾਡਾ ਕੰਮ ਕਰਨ ਵਾਲਾ ਹੈ, ਸੇਵਾ ਕਰ ਸਕਦਾ ਹੈ, ਤਾਂ ਉਹ ਸਾਡਾ ਸਤਿਗੁਰੂ ਹੈ ਜਿਹਨੇ ਸਾਨੂੰ ਨਾਮ ਦਿੱਤਾ ਹੈ। ਮੈਂ ਦੱਸਦਾ ਹੁੰਦਾ ਕਿ ਸਤਿਗੁਰੂ ਨੂੰ ਸੇਵਕ ਤੋਂ ਅਗਰ ਕੋਈ ਆਸ਼ਾ ਹੁੰਦੀ ਹੈ, ਚਿਹਰਾ ਹੁੰਦੀ ਹੈ, ਉਹ ਭਜਨ ਸਿਮਰਨ ਦੀ ਹੁੰਦੀ ਹੈ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਆਪਣਾ ਕੰਮ ਕਰੋ ਜਿਹੜਾ ਤੁਹਾਡੇ ਕੰਮ ਆਏ, ਉਹ ਕੰਮ ਕੀ ਹੈ, ਸ਼ਬਦ ਨਾਮ ਦੀ ਕਮਾਈ ਹੈ ਜੀ। ਕਿਹੜਾ ਕੰਮ ਕਰਨਾ ਹੈ ਜੋ ਗੁਰੂ ਨਾਮ ਦਿੰਦਾ ਹੈ, ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਸੰਤ ਸਤਿਗੁਰੂ ਕਿੱਥੋਂ ਆਉਂਦੇ ਹੈ ਔਰ ਉਹ ਕੀ ਕਰਦੇ ਹੈ, ਉਹਨਾਂ ਦਾ ਕੀ ਮਿਸ਼ਨ ਹੁੰਦਾ ਹੈ। ਸੰਤ ਸਤਿਗੁਰੂ ਸੱਚਖੰਡ ਤੋਂ ਆਉਂਦੇ ਹੈ, ਉਹਨਾਂ ਦਾ ਮਿਸ਼ਨ ਉਹਨਾਂ ਰੂਹਾਂ ਨੂੰ ਨਾਮਦਾਨ ਦੇਣਾ ਹੈ ਜਿਨ੍ਹਾਂ ਦਾ ਕਿ ਪਰਮਾਤਮਾ ਦੇ ਦਰਬਾਰ ਅੰਦਰ ਇਹ ਫੈਸਲਾ ਹੋ ਚੁੱਕਿਆ ਹੁੰਦਾ ਹੈ ਕਿ ਮੈਂ ਇਸ ਆਤਮਾ ਨੂੰ ਵਾਰ ਵਾਰ ਸੰਸਾਰ ਵਿੱਚ ਨਹੀਂ ਭੇਜੂੰਗਾ ਔਰ ਸਤ ਨਾਮ ਦੀ ਕਮਾਈ ਕਰਾਉਣਾ ਹੈ। ਹੋਰ ਸੰਤ ਮਹਾਤਮਾ ਸਾਡੇ ਕੋਈ ਸਮਾਜ ਤੋੜਨ ਵਾਸਤੇ ਨਹੀਂ ਆਉਂਦੇ ਗੇ, ਨਹੀਂ ਬਣਾਉਣ ਵਾਸਤੇ ਨਹੀਂ ਆਉਂਦੇ ਗੇ, ਉਹ ਸਾਡੇ ਹੱਥ ਦੇ ਡੰਡੇ ਜਾਂ ਤਲਵਾਰਾਂ ਦੇ ਕੇ ਲੜਾਉਣ ਵਾਸਤੇ ਵੀ ਨਹੀਂ ਆਉਂਦੇ ਗੇ, ਉਹ ਵੰਡੀਆਂ ਪਾਉਣ ਵਾਸਤੇ ਨਹੀਂ ਆਉਂਦੇ ਗੇ, ਬਲਕਿ ਉਹ ਤਾਂ ਸਾਨੂੰ ਇਹ ਕਹਿੰਦੇ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਤੇ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਿਛਾਈ। ਉਹ ਤਾਂ ਦੱਸਦੇ ਹੈ ਕਿ ਹੇ ਪਿਆਰੇ, ਆਪਾਂ ਸਾਰੇ ਉਸ ਪਰਮਾਤਮਾ ਦੇ ਬੱਚੇ ਹੈ ਜਿਸ ਪਰਮਾਤਮਾ ਨੇ ਸਭ ਨੂੰ ਜੀਵਨ ਦਿੱਤਾ ਹੈ, ਜਿਹੜਾ ਕਿ ਅਮਰੀਕਾ ਵਾਲਿਆਂ ਦਾ ਵੀ ਉਹੀ ਪਰਮਾਤਮਾ ਹੈ, ਹਿੰਦੁਸਤਾਨ ਦੇ ਰਹਿਣ ਵਾਲਿਆਂ ਦਾ ਵੀ ਉਹੀ ਪਰਮਾਤਮਾ ਹੈ, ਗਰੀਬ ਦਾ ਵੀ ਉਹੀ ਪਰਮਾਤਮਾ ਹੈ, ਅਮੀਰ ਦਾ ਵੀ ਉਹੀ ਪਰਮਾਤਮਾ ਹੈ। ਔਰ ਕਹਿਣ ਲੱਗੇ ਕਿ ਆਪਾਂ ਸਾਰੇ ਉਸ ਦੇ ਬੱਚੇ ਹੈ, ਐਵੇਂ ਤੁਹਾਨੂੰ ਗਲਤਫਹਿਮੀ ਪਈ ਹੋਈ ਹੈ, ਤੁਸੀਂ ਅਲੱਗ ਅਲੱਗ ਤਰੀਕਿਆਂ ਨਾਲ ਯਾਦ ਕਰਦੇ ਹੋ, ਇਸ ਵਾਸਤੇ ਉਹ ਕਹਿੰਦੇ ਆਓ ਆਪਾਂ ਬੈਠ ਕੇ ਉਸ ਪਰਮਾਤਮਾ ਦੀ ਭਗਤੀ ਕਰੀਏ, ਇੱਕ ਦੂਸਰੇ ਨੂੰ ਬੁਰਾ ਕਹਿਣ ਦੀ ਬਜਾਏ ਸਭ ਦੇ ਨਾਲ ਗਲੇ ਲਗੀਏ, ਆਤਮਾ ਕਰਕੇ ਅਸੀਂ ਸਾਰੇ ਇੱਕੋ ਹੈ। ਮੈਂ ਦੱਸਦਾ ਹੁੰਦਾ ਕਿ ਸੰਤ ਮਹਾਤਮਾ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ, ਆਤਮਾ ਨਿਰਦੋਸ਼ ਹੁੰਦੀ ਹੈ, ਹਰ ਮੁਲਕ ਦੀ ਦੇ ਅੰਦਰ ਆਤਮਾ ਇੱਕ ਹੀ ਹੈ। ਇਹ ਨਹੀਂ ਕਿ ਯੂਰਪ ਦੇ ਅੰਦਰ ਆਤਮਾ ਕੋਈ ਹੋਰ ਹੈ, ਹਿੰਦੁਸਤਾਨ ਦੇ ਲੋਕਾਂ ਦੀ ਆਤਮਾ ਕੋਈ ਹੋਰ ਹੈ, ਆਤਮਾ ਇੱਕ ਹੀ ਹੈ। ਕਿਉਂਕਿ ਜਦ ਅਸੀਂ ਆਪਣੀ ਆਤਮਾ ਤੋਂ ਅਸੂਲ ਸੂਕਸ਼ਮ ਕਾਰਨ ਤਿੰਨੇ ਪੜਦੇ ਲਾ ਕੇ ਪਾਰਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹਾਂ, ਮੈਂ ਦੱਸ ਦਿੰਦਾ ਉੱਥੋਂ ਲਿੰਗ ਭੇਦ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਉਦੋਂ ਅੱਗੇ ਨਾ ਕੋਈ ਔਰਤ ਹੈ,
ਦਾ ਪਤਾ ਹੈ, ਨਾ ਕਿਸੇ ਮਰਦ ਦਾ ਪਤਾ ਹੈ, ਨਾ ਇਹ ਪਤਾ ਹੈ ਕਿ ਹਿੰਦੁਸਤਾਨ ਦਾ ਹੈ, ਨਾ ਇਹ ਪਤਾ ਹੈ ਅਮਰੀਕਾ ਹੈ, ਨਾ ਇਹ ਪਤਾ ਹੈ ਕਿ ਇਹ ਕੋਈ ਇੰਗਲੈਂਡ ਦਾ ਹੈ। ਸੋ ਉੱਥੇ ਤਾਂ ਆਤਮਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਸਾਨੂੰ ਦੱਸਦੇ ਆ, ਜਿਹਨਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਇਸੇ ਵਾਸਤੇ ਉਹਨਾਂ ਦਾ ਹਰ ਕੌਮ ਨਾਲ, ਹਰ ਮੁਲਕ ਦੇ ਆਦਮੀ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ। ਐਸੇ ਮਹਾਤਮਾ ਹੀ ਆ ਕੇ ਸਾਨੂੰ ਸਭ ਨੂੰ ਇਕੱਠੇ ਕਰਕੇ ਉਹ ਪਰਮਾਤਮਾ ਦੀ ਭਗਤੀ ਵਿੱਚ ਲਾ ਦਿੰਦੇ ਹੈ ਜੀ। ਦੁਨੀਆਂ ਦੇ ਰੰਗ ਫਿੱਕੇ ਹੈ, ਰੰਗ ਉਤਰਦਿਆਂ ਨੂੰ ਚਿਰ ਨਹੀਂ ਲੱਗਦਾ ਹੁੰਦਾ। ਅਸੀਂ ਅੱਖਾਂ ਨਾਲ ਹੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਲੋਕ ਸਾਡੇ ਜਲੂਸ ਕੱਢਦੇ ਹੈ, ਗਲਾਂ ਵਿੱਚ ਹਾਰ ਪਾਉਂਦੇ ਹੈ, ਵਾਹ 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 ਕਰਦੇ ਹੈ, ਜਾਨਾ ਕੁਰਬਾਨ ਕਰਦੇ ਹੈ। ਜਦ ਰੰਗ ਉਤਰਦਾ ਹੈ ਉਸ ਵਕਤ ਕੀ ਹੁੰਦਾ ਹੈ? ਜਿਹੜੇ ਗਲਾਂ ਵਿੱਚ ਹਾਰ ਪਾਉਂਦੇ ਹੈ, ਫੁੱਲਾਂ ਦੇ ਹਾਰ ਪਾਉਂਦੇ ਹੈ, ਵਾਹ 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 ਕਰਦੇ ਹੈ, ਉਹੀ ਲੋਕ ਸਿਰ ਉੱਪਰ ਸੁਆਹ ਪਾਉਣ ਲੱਗ ਜਾਂਦੇ ਹੈ, ਛਿੱਤਰਾਂ ਦੇ ਗਲਾਂ ਵਿੱਚ ਹਾਰ ਪਾਉਣ ਲੱਗ ਜਾਂਦੇ ਹੈ, ਰਾਤੋਂ ਰਾਤ ਤਖ਼ਤੇ ਪਲਟ ਦਿੰਦੇ ਹੈ, ਗੋਲੀਆਂ ਦੇ ਨਿਸ਼ਾਨਾ ਬਣਾ ਦਿੰਦੇ ਹੈ। ਸੋ ਸੰਤ ਮਹਾਤਮਾ ਦੱਸਦੇ ਹੈ ਕਿ ਪਿਆਰਿਓ, ਦੁਨੀਆਂ ਦੇ ਰੰਗ ਜਿਹੜੇ ਹੈ ਇਹ ਉਤਰਦਿਆਂ ਚਿਰ ਨਹੀਂ ਲੱਗਦਾ ਗਾ, ਅਸੀਂ ਅੱਖਾਂ ਨਾਲ ਹੀ ਦੇਖਦੇ ਹੁੰਦੇ ਹੈ। ਸੋ ਇਸ ਵਾਸਤੇ ਹੱਸਦਾ ਖੇਡਦਾ ਪਰਿਵਾਰ ਹੈ, ਪਤਾ ਨਹੀਂ ਉਸ ਪਰਿਵਾਰ ਦੇ ਵਿੱਚੋਂ ਕਦੋਂ ਕਿਸੇ ਅੱਛੇ ਜੀਵ ਦੀ ਮ੍ਰਿਤੂ ਹੋ ਜਾਣੀ ਹੁੰਦੀ ਹੈ, ਔਰ ਉਹ ਸਾਰਾ ਰੰਗ ਜਿਹੜਾ ਹੈ ਫਿੱਕਾ ਹੋ ਜਾਂਦਾ ਹੈ। ਸੋ ਸੰਤ ਸਤਿਗੁਰੂ ਇਹ ਦੁਨੀਆਂ ਦੇ ਅੰਦਰ ਇੱਕ ਧੋਬੀ ਦੀ ਤਰ੍ਹਾਂ ਧੋਬੀ ਬਣ ਕੇ ਆਉਂਦੇ ਹੈ, ਔਰ ਜਿਸ ਤਰ੍ਹਾਂ ਧੋਬੀ ਹਰ ਇੱਕ ਦਾ ਕੱਪੜਾ ਸਾਫ਼ ਕਰਦਾ ਹੈ, ਚਾਹੇ ਜੈਂਟਲਮੈਨ ਹੈ, ਚਾਹੇ ਕੋਈ ਤੇਲੀ ਹੈ ਜਾਂ ਹਲਵਾਈ ਹੈ, ਉਸ ਨੂੰ ਆਪਦੇ ਕਰਤੱਵ ਦੇ ਉੱਪਰ ਮਾਣ ਹੁੰਦਾ ਹੈ। ਉਹ ਕਦੇ ਕੱਪੜਾ ਲੈਣ ਤੋਂ ਇਨਕਾਰ ਨਹੀਂ ਕਰਦਾ, ਉਸ ਨੂੰ ਪਤਾ ਹੈ ਕਿ ਜੈਂਟਲਮੈਨ ਦਾ ਜੋ ਕੱਪੜਾ ਹੈ ਉਹ ਥੋੜ੍ਹੇ ਕੋਸ਼ਿਸ਼ ਦੇ ਨਾਲ ਔਰ ਥੋੜ੍ਹੇ ਜਿਹੇ ਹੀ ਪਰਿਸ਼ਰਮ ਦੇ ਨਾਲ ਉਹ ਸਾਫ਼ ਹੋ ਜਾਏਗਾ, ਔਰ ਜੋ ਹਲਵਾਈ ਦਾ ਕੱਪੜਾ ਹੈ ਉਹ ਇੱਕ ਨਹੀਂ ਤਾਂ ਦੂਜੀ ਭੱਠੀ ਲੈ ਲਏਗਾ। ਇਸੇ ਤਰ੍ਹਾਂ ਸੰਤ ਮਹਾਤਮਾ ਦੇ ਅੰਦਰ ਐਸਾ ਖਿਆਲ ਨਹੀਂ ਗਾ ਕਿ ਬੁਰਾ ਹੈ ਜਾਂ ਇਹ ਚੋਰੀਆਂ ਕਰਦਾ ਸੀ ਜਾਂ ਇਹ ਠੱਗੀਆਂ ਮਾਰਦਾ ਸੀਗਾ, ਉਹ ਸਭ ਨੂੰ ਆਪਣੇ ਬੁਲਾਵੇ ਵਿੱਚ ਲੈਂਦੇ ਹੈ। ਇਹ ਜ਼ਰੂਰ ਕਹਿੰਦੇ ਹੈ ਕੋਈ ਭੈੜਾ ਕੰਮ ਕਰਦਾ ਹੈ ਕਿ ਦੇਖ ਪਿਆਰਿਆ, ਜੋ ਕੁਛ ਪਿੱਛੇ ਤੈਂ ਕਰ ਲਿਆ ਹੈ ਹੁਣ ਅੱਗੇ ਵਾਸਤੇ ਕੰਨਾਂ ਨੂੰ ਹੱਥ ਲਾ ਲੈ, ਤੋਬਾ ਕਰ ਜਾ, ਗਾਂ ਇੱਥੇ ਖੜਾ ਨਹੀਂ। ਇਹ ਨਹੀਂ ਕਿ ਅਸੀਂ ਉਹ ਯਾਰ ਖਾਈ ਵੀ ਜਾਈਏ, ਹੈ ਵੀ ਕਰੀ ਜਾਈਏ। ਕਬੀਰ ਸਾਹਿਬ ਕਹਿੰਦੇ ਆ, ਗੁਰੂ ਵਿਚਾਰਾ ਕਿਆ ਕਰੇ ਜੇ ਸਿੱਖਾਂ ਮੇਂ ਚੂਕ, ਅੰਧੇ ਏਕ ਨਾ ਲੱਗੀ ਜਾਂ ਵਾਸ ਬਚਾਈ ਚੂਕ। ਜੇ ਅਸੀਂ ਸਿੱਖ ਵਿਸ਼ੇ ਬਕਾਰਾਂ ਨੇ ਮੈਲਾਂ ਨਾਲ ਰੋਜ਼ ਲਿਬੜਦਾ ਹੈ, ਗੁਰੂ ਦਾ ਕੀ ਕਸੂਰ ਹੋ ਸਕਦਾ ਹੈ? ਮੈਲੇ ਕੱਪੜੇ ਨੂੰ ਕੋਈ ਟਰੰਕ ਦੇ ਅੰਦਰ ਰੱਖਣ ਵਾਸਤੇ ਤਿਆਰ ਨਹੀਂ ਗਾ, ਇਹੀ ਹਾਲਤ ਸਾਡੀ ਹੈ। ਸੋ ਸੰਤ ਮਹਾਤਮਾ ਸਾਡੀ ਆਤਮਾ ਨੂੰ ਸਾਫ਼ ਕਰਨ ਵਾਸਤੇ ਆਉਂਦੇ ਹੈ। ਸੋ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਤੂੰ ਕੀ ਕਰ ਇਹ ਦੁਨੀਆਂ ਦੇ ਰੰਗ ਛੱਡ, ਨਾਮ ਦਾ ਰੰਗ ਇਹਦੇ ਉੱਪਰ ਛਾ। ਮੈਂ ਦੱਸਦਾ ਹੁੰਦਾ ਕਿ ਕਿਸ ਤਰ੍ਹਾਂ ਦੋ ਪੇਂਡੂ ਲੜਕੀਆਂ ਸ਼ਹਿਰ ਦੇ ਅੰਦਰ ਚਲੀਆਂ ਗਈਆਂ, ਉੱਥੇ ਦੁਪੱਟੇ ਵਗੈਰਾ ਰੰਗਾਰ ਗਏ ਸੀਗੇ, ਫੁੱਲ ਲਾਰੀ ਨੂੰ ਕਹਿਣ ਲੱਗੀਆਂ ਕਿ ਵੀਰ ਜੀ ਸਾਡੇ ਤੋਂ ਦੁਪੱਟੇ ਜਿਹੜੇ ਹੈ ਇਹਨਾਂ ਨੂੰ ਰੰਗ ਦੇ। ਉਹ ਕਹਿੰਦਾ ਲਿਆਓ ਭੈਣ ਜੀ ਮੈਂ ਰੰਗ ਦਿੰਦਾ ਹੈ। ਉਹ ਕਹਿਣ ਲੱਗੀਆਂ ਹੈ ਅਸੀਂ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਕੱਪੜੇ ਲਾਹ ਕੇ ਤੈਨੂੰ ਖੜਾ ਦਈਏ, ਕਿਸੇ ਨੰਗੇ ਤਰ ਖੜ ਜਾਈਏ। ਉਹ ਕਹਿਣ ਲੱਗਾ ਦੇਖੋ ਭੈਣੋ ਰੰਗ ਵੀ ਮੇਰਾ ਤਿਆਰ ਹੈ, ਪੱਠੀ ਤਿਆਰ ਹੈ, ਲਿਆਓ ਮੈਂ ਤੁਹਾਡੇ ਹੁਣ ਦੁਪੱਟੇ ਸਿਰ ਤੋਂ ਲਾਹੇ ਬਗੈਰ ਤਾਂ ਰੰਗੇ ਨਹੀਂ ਜਾ ਸਕਦੇ ਗੇ। ਸੋ ਇਹੀ ਹਾਲਤ ਸਾਡੀ ਹੈ। ਜਦ ਸੰਤ ਮਹਾਤਮਾ ਕਹਿੰਦੇ ਆਓ ਵੀ ਅਸੀਂ ਤੁਹਾਨੂੰ ਨਾਮ ਦਾ ਰੰਗ ਚਾੜ ਦਈਏ, ਫਿਰ ਅਸੀਂ ਕੀ ਕਹਿੰਦੇ ਹਾਂ ਜੀ ਅਸੀਂ ਐਡੇ ਵੱਡੇ ਅਹੁਦੇ ਦੇ ਮਾਲਕ ਹੈ, ਅਸੀਂ ਇੰਨੇ ਪੜ੍ਹੇ ਲਿਖੇ ਹੈ ਔਰ ਇੰਨੇ ਸਾਡੀ ਬੁੱਧੀ ਚੇਤਨ ਹੈ, ਇੰਨਾ ਸਾਡੇ ਪਾਸ ਧਨ ਪਦਾਰਥ ਹੈ, ਸਾਨੂੰ ਕੀ ਜ਼ਰੂਰਤ ਹੈ? ਸੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਇਸੇ ਲੋਕਾਂ ਦੀ ਕਿ ਇਹ ਕਾਲੀ ਘੋੜੇ ਉੱਪਰ ਚਾਰ ਮਨ ਵਜਨ ਲੱਭੀ ਜਾਂਦਾ ਸੀ, ਇੱਕ ਪਾਸੇ ਚਾਰ ਮਨ ਰੇਤ ਪਾਇਆ ਹੋਇਆ ਸੀ, ਇੱਕ ਪਾਸੇ ਚਾਰ ਮਨ ਕਣਕ ਪਾਈ ਹੋਈ ਸੀ। ਕਿਸੇ ਨੇ ਪੁੱਛਿਆ ਘੋੜੇ ਉੱਪਰ ਕੀ ਲੱਗਿਆ ਹੋਇਆ? ਕਹਿਣ ਲੱਗਿਆ ਇਸ ਸਾਈਡ ਤਾਂ ਚਾਰ ਮਨ ਰੇਤ ਪਾਈ ਹੋਈ ਹੈ, ਇੱਧਰ ਚਾਰ ਮਨ ਕਣਕ ਪਾਈ ਹੋਈ ਹੈ, ਕਿ ਘੋੜੇ ਦਾ ਜੋ ਭਾਰ ਹੈ ਉਹ ਸਾਵਾਂ ਰਹੇ ਬਰਾਬਰ ਭਾਰ ਰਵੇ। ਉਹ ਕਹਿਣ ਲੱਗਿਆ ਦੇਖ ਬਈ ਜੇ ਤੂੰ ਦੋ ਮਨ ਕਣਕ ਇੱਕ ਪਾਸੇ ਪਾ ਲੈਂਦਾ, ਦੋ ਇੱਕ ਪਾਸੇ ਪਾ ਲੈਂਦਾ, ਅੱਛਾ ਸੀਗਾ।
ਤੇਰੇ ਕੋਲੇ ਨੂੰ ਵਜਨ ਵੀ ਘੱਟ ਚੱਕਣਾ ਪੈਂਦਾ। ਉਹ ਕਹਿਣ ਲੱਗਿਆ ਤੇਰੇ ਕੋਲੇ ਕਿਤਨਾ ਧਨ ਦੌਲਤ ਹੈ। ਉਹ ਕਹਿਣ ਲੱਗਿਆ ਦੇਖ ਵੀ ਜਾਣ ਦੀ ਜਾਣ ਹੀ ਹੈ। ਉਹ ਕਹਿਣ ਲੱਗਿਆ ਫਿਰ ਮੈਂ ਵੀ ਕਿਤੇ ਤੇਰੇ ਨਾਲ ਗੱਲ ਕਰਕੇ ਗਰੀਬ ਨਾ ਹੋ ਜਾਵਾਂ। ਸੋ ਅਸੀਂ ਆਮ ਤੌਰ ਦੇ ਉੱਤੇ ਇਹੀ ਸੋਚਦੇ ਹਾਂ ਕਿ ਸੰਤ ਮਹਾਤਮਾ ਸਾਨੂੰ ਇਸੇ ਤਰ੍ਹਾਂ ਰੰਗ ਦੇਣ, ਸਾਨੂੰ ਕੋਈ ਵਿਸ਼ੇ ਵਕਾਰ ਛੱਡਣਾ ਨਾ ਪੈਣ, ਮੈਂ ਮੇਰੀ ਛੱਡਣੀ ਨਾ ਪਵੇ। ਸੋ ਸੰਤ ਮਹਾਤਮਾ ਕਹਿੰਦੇ ਦੇਖ ਪਿਆਰਿਆ ਤੂੰ ਮੈਂ ਮੇਰੀ ਨੂੰ ਛੱਡ, ਕੋਈ ਥੋੜ੍ਹਾ ਬਹੁਤਾ ਤੂੰ ਹਿੰਮਤ ਕਰ। ਮੈਂ ਆਪਣੇ ਗੁਰੂ ਦੇ ਮਹਾਰਾਜ ਕਿਰਪਾਲ ਦੀ ਗੱਲ ਦੱਸਦਾ ਹੁੰਦਾ ਹੈ ਕਿ ਜਦ ਸਾਡੇ ਉਹ ਇਲਾਕੇ ਅੰਦਰ ਗਏ, ਮੈਨੂੰ ਕਹਿਣ ਲੱਗੇ ਤੂੰ ਇੱਥੇ ਗਰੇਵਾਲਾ ਨਾ ਘਰ ਹੈ। ਮੈਂ ਕਿਹਾ ਹਾਂ ਜੀ ਹੈ, ਕਿਉਂਕਿ ਮਹਾਰਾਜ ਸਾਵਨ ਸਿੰਘ ਗਰੇਵਾਲ ਫੈਮਿਲੀ 'ਚ ਹੋਏ ਹੈ। ਮੈਂ ਉਸ ਗਰੇਵਾਲ ਨੂੰ ਪ੍ਰੇਮੀ ਨੂੰ ਜਾ ਕੇ ਲਿਆਇਆ। ਉਹ ਰੋਜ਼ ਸ਼ਰਾਬ ਪੀਂਦਾ ਹੁੰਦਾ ਸੀਗਾ। ਉਹ ਮੈਨੂੰ ਦੇਖ ਕੇ ਕਾਫ਼ੀ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੈਂ ਤਾਂ ਰੋਜ਼ ਸ਼ਰਾਬ ਪੀਣ ਵਾਲਾ ਹੈ, ਤੂੰ ਮੈਨੂੰ ਸੱਦਣ ਆਇਆ ਹੈ। ਮੈਂ ਕਿਹਾ ਸਾਡੇ ਗੁਰੂ ਦੇਵਾਂ ਦਾ ਖਿਆਲ ਹੀ ਐਸਾ ਹੋਇਆ, ਤੈਨੂੰ ਬੁਲਾਇਆ ਹੈ। ਉਹਨਾਂ ਦੇ ਗੁਰੂ ਦੇਵ ਜੋ ਸਨ ਉਹ ਗਰੇਵਾਲ ਜਾਤੀ ਦੇ ਸਨ। ਉਸ ਨੂੰ ਲਿਆਂਦਾ, ਪੁੱਛਿਆ ਮਹਾਰਾਜ ਕਹਿੰਦੇ ਕੀ ਕਰਦਾ ਹੈ? ਕਹਿੰਦਾ ਜੀ ਮੈਂ ਤਾਂ ਹਰ ਰੋਜ਼ ਰਾਤ ਨੂੰ ਵੀ ਦਿਨੇ ਸ਼ਰਾਬ ਪੀਣਾ ਹੈ। ਤੋ ਮਹਾਰਾਜ ਕਹਿਣ ਲੱਗੇ ਵੀ ਤੂੰ ਐਸਾ ਕਰ, ਕੁਛ ਤੂੰ ਵੀ ਹਿੰਮਤ ਕਰ, ਤੂੰ ਕੁਛ ਰਹਿਤ ਕਰ, ਕੁਛ ਅਸੀਂ ਕਰਦੇ ਹਾਂ, ਆਪਾਂ ਰਲ ਮਿਲ ਕੇ ਬੋਝੇ ਨੂੰ ਉਠਾ ਲਾਂਗੇ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਜੀਵ ਕਿਹਦੇ ਕਰਮ ਲਿਆ ਲਏ। ਲੇਕਿਨ ਐਸਾ ਹੀ ਹੋਇਆ ਕਿ ਉਸਨੇ ਵੀ ਹਿੰਮਤ ਕੀਤੀ, ਮਹਾਰਾਜ ਕਿਰਪਾਲ ਨੇ ਵੀ ਆਪਣੀ ਦਿਆ ਤੋਂ ਉਸਨੂੰ ਵਾਂਝਾ ਨਹੀਂ ਕੀਤਾ ਗਾ। ਸੋ ਇਸ ਵਾਸਤੇ ਸੰਤ ਮਹਾਤਮਾ ਪਿਆਰ ਨਾਲ ਦੱਸਦੇ ਹੈ ਕਿ ਦੇਖੋ ਪਿਆਰੇ ਹੋ, ਜਦ ਵੀ ਤੁਸੀਂ ਦੁਨੀਆਂ ਦੇ ਰੰਗ ਉਤਾਰੋਗੇ, ਨਾਮ ਦਾ ਰੰਗ ਤਾਂ ਹੀ ਚੜੇਗਾ ਜੀ। ਜਗਤ ਕਾ ਰੰਗ ਸਭ ਮੇਲਾ, ਸੁਲਾਲੇ ਮਾਨ ਜੈਸੇਨਾ, ਭੋਗ ਸੰਸਾਰ ਕੋਈ ਦਿਨ ਕੇ, ਸਹਿਜ ਮੇਂ ਜਾਗ ਸੰਸਾਰ ਦੇ ਤੋਂ ਥੋੜ੍ਹੇ ਦਿਨਾਂ ਦੇ ਹੈ। ਭੋਗੋ ਰੋਗ ਸੋ ਅੰਤ ਭਗੋਗਾ, ਆਏ ਜਾਏ ਦੁੱਖ ਪਾਏਗਾ, ਜਿੰਨੇ ਭੋਗ ਉਤਨੀਆਂ ਬਿਮਾਰੀਆਂ। ਆਪ ਨਹੀਂ ਛੱਡਾਂਗੇ ਤੋ ਸਰੀਰ ਨਕਾਰਾ ਹੋ ਜਾਏਗਾ, ਬੁੱਢੇ ਹੋ ਕੇ ਇੰਦਰੀ ਜਵਾਬ ਦੇ ਜਾਣਗੇ, ਔਰ ਆਖਰ ਇਹ ਵੀ ਸੁਧਾਰਨ ਹੋ ਜਾਂਦੇ ਹੈ। ਸੋ ਮਹਾਤਮਾ ਸਾਨੂੰ ਪਿਆਰ ਨੂੰ ਦੱਸਦੇ ਹੈ ਕਿ ਇਹਨਾਂ ਨੂੰ ਤੁਸੀਂ ਆਹਿਸਤਾ ਆਹਿਸਤਾ ਤਿਆਗਣਾ ਸ਼ੁਰੂ ਕਰ ਦਿਓ, ਨਾਮ ਦੀ ਕਮਾਈ, ਨਾਮ ਦਾ ਅਭਿਆਸ ਕਰਨਾ ਸ਼ੁਰੂ ਕਰ ਦਿਓ। ਜਿਸ ਤਰ੍ਹਾਂ ਅਸੀਂ ਪਹਾੜ ਦੇ ਨਜ਼ਦੀਕ ਜਾਂਦੇ ਹਾਂ ਸਾਨੂੰ ਠੰਡ ਆਉਣੀ ਸ਼ੁਰੂ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਅਸੀਂ ਨਾਮ ਦੀ ਕਮਾਈ ਕਰਦੇ ਹਾਂ, ਸਤਸੰਗ ਦੇ ਉੱਤੇ ਅਸੀਂ ਅਮਲ ਕਰਦੇ ਹਾਂ, ਅਸੀਂ ਇੱਕ ਦਿਨ ਆਖਰ ਇਹ ਸਭ ਨੂੰ ਆਹਿਸਤਾ ਆਹਿਸਤਾ ਤਿਆਗ ਜਾਂਦੇ ਹਾਂ। ਮਹਾਰਾਜ ਸਾਹਿਬ ਕਿਰਪਾਲ ਸਿੰਘ ਜੀ ਕਹਿੰਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਇੱਕ ਰੇਸ਼ਮ ਦੀ ਝਾੜੀ ਹੈ, ਰੇਸ਼ਮ ਦਾ ਕੱਪੜਾ ਹੈ, ਉਹ ਝਾੜੀ ਉੱਪਰ ਪਿਆ ਹੈ, ਅਗਰ ਅਸੀਂ ਉਸਨੂੰ ਯੱਕ ਲੱਕ ਖਿੱਚਦੇ ਹਾਂ ਉਹ ਕੱਪੜਾ ਫਟ ਜਾਂਦਾ ਹੈ, ਅਗਰ ਉਹਨੂੰ ਐਸਾ ਐਸਾ ਕੰਡਿਆਂ ਤੋਂ ਅਲੱਗ ਕਰਦੇ ਹਾਂ ਉਹ ਕੱਪੜੇ ਨੂੰ ਬਚਾ ਲੈਂਦੇ ਹੈ। ਸੋ ਇਸੇ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਇਹ ਇਸ ਜਗ੍ਹਾ ਤੋਂ ਉੱਤਰ ਕੇ ਰੋਮ ਰੋਮ ਦੇ ਵਿੱਚ ਇਹ ਫਸੀ ਹੋਈ ਹੈ, ਔਰ ਐਸਾ ਐਸਾ ਸਿਮਰਨ ਦੇ ਜ਼ਰੀਏ ਅਸੀਂ ਇਸੇ ਤਰ੍ਹਾਂ ਹੀ ਇਹਨੂੰ ਰੋਮ ਰੋਮ ਦੇ ਵਿੱਚ ਵੱਢ ਲੈਣਾ ਹੈ। ਨਾ ਸਾਨੂੰ ਤਕਲੀਫ ਹੋਵੇ, ਨਾ ਸਾਡੇ ਸਰੀਰ ਨੂੰ ਤਕਲੀਫ ਹੋਵੇ। ਅਗਰ ਸੰਤ ਯੱਕ ਲਖਤ ਹੀ ਆਤਮਾ ਨੂੰ ਸਰੀਰ ਚੋਂ ਕੱਢਦੇ ਹੈ ਤਾਂ ਤਕਲੀਫ ਹੁੰਦੀ ਹੈ, ਚਲਿਆਨੇ ਹੈ। ਸਾਡੇ ਕਰਨਪੁਰ ਦਾ ਵਾਕਿਆ ਸੀਗਾ, ਇੱਕ ਲੜਕੀ ਔਰ ਉਹਦੇ ਘਰ ਵਾਲਾ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਜੀ ਤੁਸੀਂ ਬਾਤਾਂ ਤਾਂ ਜ਼ਰੂਰ ਕਰਦੇ ਹੋ, ਅੱਛੀਆਂ ਹੈ, ਤੁਸੀਂ ਆਪਦੇ ਗੁਰੂ ਨੂੰ ਵੀ ਬੜਾ ਵਡਾਉਂਦੇ ਹੋ, ਸਾਨੂੰ ਤਾਂ ਕਦੇ ਅੰਦਰ ਚੰਗਿਆੜਾ ਨਹੀਂ ਨਜ਼ਰ ਵਿੱਚ ਆਇਆ। ਮੈਂ ਆਖਿਆ ਹੈ ਉਹ ਦਿਖਾਉਣ ਵਾਸਤੇ ਆਇਆ ਹੋਇਆ ਹੈ, ਇਹ ਤਾਂ ਤੁਹਾਡੇ ਬਰਤਨ ਦਾ ਸਵਾਲ ਹੈ। ਆਖਰ ਅਸੀਂ ਉੱਥੇ ਸ਼ਾਮ ਨੂੰ ਬੈਠੇ ਸੀ, ਮੈਂ ਕਿਹਾ ਜੀ ਆ ਇਸ ਤਰ੍ਹਾਂ ਦੀ ਬੇਨਤੀ ਕਰਦੇ ਹੈ। ਮਹਾਰਾਜ ਨੇ ਸਿਰਫ ਪਿਆਰ ਭਰੀ ਦ੍ਰਿਸ਼ਟੀ ਪਾਈ, ਔਰ ਉਹ ਜਿਹੜੀ ਲੜਕੀ ਸੀ ਉਹ ਘਰ ਦਾ ਕਾਰੋਬਾਰ ਹੀ ਨਾ ਕਰੇ, ਔਰ ਸਭ ਨਾ ਬਾਲ ਬੱਚੇ ਦੀ ਤਰਫ ਤਵੱਜੋ ਦੇਵੇ, ਨਾ ਕੋਈ ਹੋਰ ਤਵੱਜੋ ਦੇਵੇ। ਉਹ ਕੁਰਾਨ ਦੀਆਂ ਆਇਤਾਂ ਬੋਲੇ, ਕਾਫ਼ੀ ਕੁਛ ਉਹ ਬੋਲਣ ਲੱਗੀ, ਔਰ ਮੈਂ ਉੱਥੋਂ 47 ਨੇੜੇ ਜੇ ਪਿੰਡ ਹੈ ਉੱਥੇ ਚਲਿਆ ਗਿਆ। ਅਗਲੇ ਦਿਨ ਮਹਾਰਾਜ ਜੀ ਗੰਗਾਨਗਰ ਦੀ ਤਰਫ ਆ ਗਏ, ਉਹ ਮੇਰੇ ਪਾਸ ਗਏ, ਕਹਿਣ ਲੱਗੇ ਜੀ ਸਾਨੂੰ ਆਪਣੇ ਗੁਰੂ ਦੇਵ ਦੇ ਪਾਸ ਚੱਲੋ,
ਇਹ ਤਾਂ ਬਹੁਤ ਕੁਛ ਬੋਲੀ ਜਾਂਦੀ ਹੈ, ਇਹ ਤਾਂ ਅਲਪ ਤੱਕ ਨਹੀਂ ਜਾਣਦੀ, ਇਹ ਤਾਂ ਕੁਰਾਨ ਦੀਆਂ ਇਹ ਤਾਂ ਬੋਲਦੀ ਹੈ। ਮੈਂ ਹੱਸ ਕੇ ਕਿਹਾ, ਮੈਂ ਕਿਹਾ ਦੇਖੋ ਵੀ ਪਿਆਰਿਓ ਠੀਕ ਹੋ ਜਾਏਗੀ, ਬਸ ਇੰਨਾ ਹੀ ਕਾਫੀ ਸੀਗਾ। ਸੋ ਕਹਿਣ ਦਾ ਭਾਵ ਮੇਰਾ ਇਤਨਾ ਹੀ ਹੈ ਕਿ ਅਗਰ ਸੰਤ ਇਸ ਤਰ੍ਹਾਂ ਆਤਮਾ ਨੂੰ ਖਿੱਚਦੇ ਹੈ ਤੋ ਅਸੀਂ ਫਿਰ ਚੀਕਦੇ ਹੈ, ਚਿਲਿਆਨੇ ਹੈ। ਮੈਂ ਦੇਖਿਆ ਹੈ ਬਹੁਤ ਸਾਰੇ ਪ੍ਰੇਮੀ ਪਹਿਲਾਂ ਤਾਂ ਅਭਿਆਸ ਕਰਦੇ ਨਹੀਂ ਗੇ, ਜਾਂ ਸਤਸੰਗ ਦੇ ਵਿੱਚ ਆਉਂਦੇ ਹੈ, ਉਹਨਾਂ ਦਾ ਮਨ ਉਹਨਾਂ ਦੇ ਅੰਦਰ ਕਾਹਲੀ ਵੀ ਪੈਦਾ ਕਰ ਦਿੰਦਾ ਹੈ। ਜਦ ਕਾਹਲੀ ਪੈਦਾ ਕਰਦਾ ਹੈ ਫਿਰ ਕਿਤੇ ਟਾਈਮ ਦੇ ਬੈਠਦੇ ਹੈ, ਜਦ ਕਿਤੇ ਸੁਰ ਤੋਂ ਉੱਪਰ ਖਿੱਚੀ ਜਾਂਦੀ ਹੈ, ਫਿਰ ਲੱਤਾਂ ਨਹੀਂ ਹਿਲਦੀਆਂ ਵੀਆਂ, ਫਿਰ ਘਰ ਵਾਲਿਆਂ ਨੂੰ ਵੀ ਵਕਤ ਪਾਉਂਦੇ ਹੈ, ਪਤਾ ਨਹੀਂ ਸਾਨੂੰ ਕੀ ਹੋ ਗਿਆ, ਨਾ ਘਰ ਵਾਲਿਆਂ ਨੂੰ ਪਤਾ ਹੈ ਕਿ ਇਹਦੀ ਸੁਰ ਕਿਹੜੀ ਹੋਈ ਹੈ, ਨਾ ਉਸ ਨੂੰ ਵਿਚਾਰੇ ਨੂੰ ਪਤਾ ਹੈ। ਸੋ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਜੇ ਅਸੀਂ ਰੋਜ਼ ਰੋਜ਼ ਅਭਿਆਸ ਕਰੀਏ, ਗਿੱਟਿਆਂ ਤੱਕ ਆ ਗਏ, ਗੋਡਿਆਂ ਤੱਕ ਆ ਗਏ, ਇਸੇ ਤਰ੍ਹਾਂ ਸਾਰੇ ਧਰ ਨੂੰ ਅਸੀਂ ਖਾਲੀ ਕਰਕੇ ਇਹ ਜਗ੍ਹਾ ਆਈਏ, ਸਾਨੂੰ ਪਤਾ ਹੀ ਨਹੀਂ ਲੱਗਦਾ ਗਾ ਉਹ ਝਾੜੀ ਦੇ ਵਿੱਚ ਜਿਸ ਤਰ੍ਹਾਂ ਰਿਸ਼ਮ ਤੱਕ ਭੜਕ ਲੀਦਾ ਹੈ। ਗੁਰੂ ਸਾਹਿਬ ਕਹਿੰਦੇ ਗੁਰਮੁਖ ਆਏ ਜੈਨ ਸੰਗ, ਫਿਰ ਬੇਸ਼ੱਕ ਤੁਸੀਂ ਰੋਜ਼ ਜਾਓ, ਰੋਜ਼ ਆਓ। ਕਬੀਰ ਸਾਹਿਬ ਦੱਸਦੇ ਹੈ, ਆਂਖ ਨਾ ਮੁੰਦੂ, ਕਾਨ ਨਾ ਰੂੰਦੂ, ਕਾਇਆ ਕਸ਼ਟ ਨਾ ਧਾਰੂ, ਖੁੱਲੇ ਨੈਨ ਮਹਾਸਤ ਦੇਖੂ, ਸੁੰਦਰ ਰੂਪ ਨਿਹਾਰੂ। ਸੰਤ ਮਹਾਤਮਾ ਦਾ ਸਾਨੂੰ ਅਭਿਆਸ ਅੰਦਰ ਫਸਾਉਣ ਦਾ ਕੋਈ ਮਕਸਦ ਨਹੀਂ ਹੁੰਦਾ ਗਾ, ਲੇਕਿਨ ਇਹ ਤਾਂ ਸਾਡੀ ਭੁੱਲ ਹੈ ਔਰ ਸਾਡੀ ਆਲਸ ਹੈ। ਜਦੋਂ ਅਸੀਂ ਜਾਣ ਵਾਸਤੇ ਤਿਆਰ ਨਹੀਂ ਹੁੰਦੇ ਗੇ, ਉਹ ਵੀ ਸਾਨੂੰ ਦੁਨਿਆਵੀ ਮਸਾਲਾਂ ਦੇ ਕੇ ਸਾਡੇ ਅੰਦਰ ਸ਼ੌਕ ਜਾਂ ਵਿਹ ਪੈਦਾ ਕਰਦੇ ਹੈ ਕਿ ਕਿਵੇਂ ਨਾ ਕਿਵੇਂ ਇਹ ਵੀ ਅਭਿਆਸ ਦੀ ਤਰਫ ਲੱਗ ਜਾਣ। ਜੀ ਸਵਾਮੀ ਜੀ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਦੀ ਸ਼ਰਨ ਮਜ਼ਬੂਤ ਕਰੋ, ਨਾਮ ਦੀ ਕਮਾਈ ਕਰਨੀ, ਕੰਮ ਖਾਣਾ ਕੰਮ ਸੌਣਾ ਸੁਖਾਲਾ ਹੈ, ਲੇਕਿਨ ਸ਼ਰਨ ਲੈਣੀ ਬੜੀ ਹੀ ਮੁਸ਼ਕਲ ਹੈ। ਸ਼ਰਨ ਲਈ ਗੁਰੂ ਅੰਗਦ ਦੇਵ ਨੇ ਜਿਉਂ ਆਏ ਵਾਪਸ ਨਾ ਗਏ, ਉਹ ਨਾਨਕ ਨੂੰ ਮਿਲ ਕੇ ਨਾਨਕ ਦਾ ਰੂਪ ਹੀ ਹੋ ਗਏ। ਸ਼ਰਨ ਜਦ ਲੈ ਲੈਂਦੇ ਹੈ ਤਾਂ ਫਿਰ ਦਿਲ ਦੇ ਵਿੱਚ ਕੋਈ ਫੇਲ ਨਾ ਆਏ ਕਿ ਗੁਰੂ ਸਾਡੇ ਵਰਗਾ ਇਨਸਾਨ ਹੈ, ਜਾਂ ਪਤਾ ਨਹੀਂ ਅਸੀਂ ਕਰਾਂਗੇ ਜਾਂ ਨਾ ਕਰਾਂਗੇ। ਸ਼ਰਨ ਲੈਣੀ ਬੜੀ ਔਖੀ ਹੁੰਦੀ ਹੈ। ਸ਼ਰਨ ਦਾ ਮਤਲਬ ਹੈ ਕਿ ਪਾਣੀ ਵਿੱਚ ਰਹਿਣਾ, ਭੁੱਖਾ ਰਹੇ, ਨੰਗਾ ਰਹੇ, ਦੁੱਖ ਆਏ ਸੁੱਖ ਆਏ, ਉਸੇ ਨੂੰ ਪਿਆਉਣਾ। ਸ਼ਰਨ ਕੋਈ ਸਫਾਈ ਨਹੀਂ ਹੁੰਦੀ, ਜਿਨ੍ਹਾਂ ਨੇ ਸ਼ਰਨ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਮੁਸ਼ਕਿਲ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਹੈ ਕਿ ਮਨ ਮਰੀਜ਼ ਸੰਸਾਰ ਹੈ, ਗੁਰ ਮਰੀਜ਼ ਕੋਈ ਸਾਧ, ਜਿਨ ਐਸਾ ਕਰ ਬੂਝਿਆ ਤਾਂ ਕਾ ਮਜ਼ਾ ਆਗਾਦ। ਕੋਈ ਸਾਧੂ ਹੀ ਜੋ ਮਾਲਕ ਦਾ ਪਿਆਰਾ ਉਹਨਾਂ ਦਾ ਹੀ ਉਸ ਮੰਦਿਰ 'ਚ ਆਉਂਦਾ ਹੈ, ਵੈਸੇ ਹੀ ਆ ਕੇ ਉਹਨਾਂ ਦੀ ਸ਼ਰਨ ਪੱਕੀ ਕਰਦਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਬੇਸ਼ੱਕ ਇਸ ਸੰਸਾਰ ਵਿੱਚ ਆ ਕੇ ਉਹ ਡੈਮੋਸਟ੍ਰੇਸ਼ਨ ਦੇਣ ਵਾਸਤੇ ਉਹ ਕਮਾਈ ਵੀ ਕਰਦੇ ਹੈ, ਗੁਰੂ ਦੀ ਸ਼ਰਨ ਵਿੱਚ ਵੀ ਜਾਂਦੇ ਹੈ, ਲੇਕਿਨ ਐਸੇ ਭਾਂਡੇ ਪਹਿਲਾਂ ਤੋਂ ਹੀ ਬਣੇ ਬਣਾਏ ਹੁੰਦੇ ਹੈ। ਬਚਪਨ ਤੋਂ ਹੀ ਉਹਨਾਂ ਦਾ ਝੁਕਾਓ ਪਰਮਾਤਮਾ ਦੀ ਤਰਫ ਹੁੰਦਾ ਹੈ। ਔਰ ਅਸੀਂ ਦੁਨੀਆ ਮਨ ਦੇ ਮਰੀਜ਼ ਹੈ, ਜਿਸ ਤਰ੍ਹਾਂ ਮਰੀਜ਼ ਨਾ ਮੁਰਦੇ ਦਾ ਹੈ, ਨਹਾਉਣ ਵਾਲੇ ਦੀ ਮਰਜ਼ੀ ਹੈ ਉੱਪਰ ਕੀਚੜ ਪਾਏ, ਦਹੀਂ ਪਾਏ, ਸਾਬਣ ਲਾਏ, ਅਤਰ ਫੈਂਕੇ, ਮੁਰਦੇ ਦਾ ਕੋਈ ਉਜਰ ਨਹੀਂ, ਕੋਈ ਉਸਦੇ ਉੱਪਰ ਦੋਸ਼ ਨਹੀਂ ਗਾ। ਇਸੇ ਤਰ੍ਹਾਂ ਜੋ ਸਿੱਖ ਵੀ ਗੁਰੂ ਦੀ ਸ਼ਰਨ ਲੈ ਲੈਂਦਾ ਹੈ, ਗੁਰੂ ਦਾ ਮਰੀਜ਼ ਬਣ ਜਾਂਦਾ ਹੈ, ਤਾਂ ਪਿਆਰੇ ਫਿਰ ਮੁਰਦੇ ਹੀ ਤਰ੍ਹਾਂ ਹੀ ਇਹ ਸੰਸਾਰ ਵਿੱਚ ਰਹਿਣਾ ਪੈਂਦਾ ਹੈ। ਦੁੱਖ ਸੁੱਖ ਉਸ ਨੂੰ ਪਿਆਉਣਾ ਪੈਂਦਾ ਹੈ, ਲੇਕਿਨ ਸਾਡੀ ਕੀ ਹਾਲਤ ਹੈ, ਮਾਮੂਲੀ ਜਿਹਾ ਇੱਕ ਕੰਡਾ ਵੱਜਿਆ, ਸਾਰੀ ਰਾਤ ਅਸੀਂ ਫਰਿਆਦਾਂ ਕਰ ਲੈ ਰਹੇ ਹਾਂ। ਅਗਰ ਭੁੱਲ ਕੇ ਕਿਤੇ ਮਿੰਟ ਦੋ ਮਿੰਟ ਅਭਿਆਸ ਕਰ ਲਈਏ, ਦੋ ਘੰਟੇ ਅਰਦਾਸਾਂ ਦੇ ਉੱਤੇ ਲਾਉਂਦੇ ਹੈ ਕਿ ਸਾਡਾ ਤੂੰ ਆਹ ਕੰਮ ਕਰ, ਸਾਡਾ ਤੂੰ ਆਹ ਕਰ, ਜਿੰਨੇ ਵੀ ਕੰਮ ਹੈ ਸਾਰੇ ਗੁਰੂ ਦੇ ਅੱਗੇ ਰੱਖ ਦਿੰਦੇ ਹੈ, ਇੱਕ ਦੋ ਮਿੰਟ ਅਭਿਆਸ ਨਹੀਂ ਕੀਤਾ,
ਅਰਦਾਸ ਦੇ ਉੱਤੇ 2 ਘੰਟੇ ਲਾ ਦਿੱਤੇ ਹੈ, ਤੁਸੀਂ ਸੋਚ ਕੇ ਦੇਖ ਲਓ ਕਿ ਅਸੀਂ ਕਿਹਦੀ ਭਗਤੀ ਕਰਦੇ ਹਾਂ, ਕਿ ਗੁਰੂ ਦੀ ਭਗਤੀ ਕਰਦੇ ਹਾਂ ਜਾਂ ਮਨ ਦੀ ਭਗਤੀ ਕਰਦੇ ਹਾਂ। ਇਹ ਖੁਆਇਸ਼ਾਂ ਕੌਣ ਪੈਦਾ ਕਰਦਾ ਹੈ? ਸਾਡਾ ਮਨ ਕਰਦਾ ਹੈ। ਪੂਰੀਆਂ ਕਿਹਤੋਂ ਕਰਾਉਂਦੇ ਹਾਂ? ਗੁਰੂ ਤੋਂ ਕਰਾਉਣਾ ਚਾਹੁੰਦੇ ਹਾਂ। ਚਾਹੀਦਾ ਤਾਂ ਗੁਰੂ ਦੇ ਆਖੇ ਲਾ ਕੇ ਭਜਨ ਵਿਆਸ ਕਰੀਏ ਕਿ ਇਹ ਦੁਖੀ ਦੁਨੀਆਂ ਵਿੱਚ ਨਾ ਆਈਏ, ਆਪਣੇ ਜੀਵਨ ਨੂੰ ਸਫਲ ਬਣਾਈਏ। ਲੇਕਿਨ ਅਸੀਂ ਵਾਰ ਵਾਰ ਫਿਰ ਇਸ ਦੁਨੀਆਂ ਦੇ ਵਿੱਚ ਹੀ ਆਉਣਾ ਚਾਹੁੰਦੇ ਹਾਂ। ਗੁਰੂ ਸਾਹਿਬ ਕਹਿੰਦੇ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ। ਉਹ ਪਰਮਾਤਮਾ ਦਾ ਦਿੰਦਾ ਦਿੰਦਾ ਨਹੀਂ ਥੱਕਿਆ ਗਿਆ, ਅਸੀਂ ਲੈਂਦੇ ਲੈਂਦੇ ਥੱਕ ਗਏ ਹਾਂ। ਲੇਕਿਨ ਅੱਜ ਵੀ ਅਸੀਂ ਆ ਕੇ ਉਹ ਖੁਆਇਸ਼ਾਂ ਅੰਦਰੋਂ ਨਹੀਂ ਛੱਡਦੇ ਗੇ। ਫਿਰ ਵੀ ਇੱਕ ਖੁਆਇਸ਼ ਪੂਰੀ ਹੋ ਗਈ ਹੈ, ਆਖਰ 2 ਮਨ ਹੋਰ ਉਠਾ ਦੇਵੇਗਾ ਸਾਨੂੰ ਭਜਨ ਦੀ ਤਰਕ, ਸਤਿਗੁਰੂ ਦੇ ਉੱਤੇ ਭਰੋਸਾ ਸਾਰੀ ਜ਼ਿੰਦਗੀ ਆਉਣ ਨਹੀਂ ਦੇਵੇਗਾ ਜੀ। ਆਪ ਕਹਿਣਗੇ ਤੁਸੀਂ ਕੁਛ ਨਾ ਕਰੋ, ਨਾ ਕੌਮ ਛੱਡੋ, ਨਾ ਮਰਜ਼ੀ ਛੱਡੋ, ਨਾ ਕੋਈ ਕੱਪੜਿਆਂ ਦਾ ਰੰਗ ਬਦਲੋ। ਕੀ ਕਰੋ ਤੁਸੀਂ? ਆਪਣੇ ਥੈਲੇ ਖਿਆਲ ਨੂੰ ਸਿਮਰਨ ਨਜ਼ਰੀਏ ਇੱਥੇ ਅੱਖਾਂ ਦੇ ਪਿੱਛੇ ਲਿਆਓ। ਕਿੰਨਾ ਆਸਾਨ ਤਰੀਕਾ ਹੈ, ਜੋ ਕਿ ਹਰ ਔਰਤ, ਹਰ ਮਰਦ, ਹਰ ਮੁਲਕ ਔਰ ਹਰ ਜਾਤ ਦਾ, ਹਰ ਸਮਾਜ ਦਾ ਕਰ ਸਕਦਾ ਹੈ, ਬੜੇ ਆਸਾਨੀ ਨਾਲ ਕਰ ਸਕਦਾ ਹੈ ਜੀ। ਆਪ ਕਹਿਣ ਲੱਗੇ, ਕਾਲ ਨੇ ਬੜਾ ਹੀ ਜ਼ਿੰਦਗੀ ਦੇ ਨਾਲ ਜਾਲ ਵਿਛਾਇਆ ਹੈ, ਕਿਧਰੇ ਕੌਮ ਹੈ, ਕੌਮ ਦੀ ਲੱਗਿਆ ਹੈ, ਕਿਤੇ ਪਰਿਵਾਰ ਦੀ ਲੱਗਿਆ ਹੈ, ਕਿਧਰੇ ਲੜਕੀ ਦੀ ਸ਼ਾਦੀ ਕਰਨੀ ਹੈ, ਲੜਕਾ ਨਹੀਂ ਥਿਆ ਰਿਹਾ, ਕਿਤੇ ਲੜਕੇ ਦੀ ਸ਼ਾਦੀ ਕਰਨੀ ਹੈ, ਮਨਪਸੰਦ ਲੜਕੀ ਨਹੀਂ ਥਿਆ ਰਹੀ, ਸਾਰੇ ਅਸੀਂ ਆਪੋ ਆਪਣੇ ਥੈਂ ਦੁਖੀ ਹੈ। ਔਰ ਕਿਸ ਤਰ੍ਹਾਂ ਇੱਕ ਮੁਲਕ ਦੂਸਰੇ ਨੂੰ ਲੜਾਈ ਲਾਈ ਬੈਠਾ ਹੈ, ਉਹਨੂੰ ਭੁੱਖੀ ਮਰਦੀ ਹੈ, ਔਰ ਉਹ ਦਿਨ ਰਾਤ ਕਿਸ ਤਰ੍ਹਾਂ ਕੁੰਭਾਂ ਦੇ ਨੀਂਹ ਬਣਾ ਰਹੇ ਹੁੰਦੇ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਬੜੇ ਹੀ ਜਾਲ ਕੌਮਾਂ ਮਜ਼ਹਬਾਂ ਦੇ ਕਾਲ ਨੇ ਤਾਣੀ ਹੋਏ ਹੈ, ਲੇਕਿਨ ਬਗੈਰ ਸ਼ਬਦ ਨਾਮ ਦੀ ਜ਼ਿੰਦਗੀ ਤੋਂ, ਬਗੈਰ ਸਤਿਗੁਰੂ ਦੀ ਜ਼ਿੰਦਗੀ ਤੋਂ ਤੁਸੀਂ ਅੱਜ ਤੱਕ ਨਾ ਛੁੱਟੇ ਹੋ, ਨਾ ਛੁੱਟ ਹੀ ਸਕਦੇ ਹੋ। ਅਗਰ ਸਾਨੂੰ ਸ਼ਬਦ ਨਾਮ ਦੀ ਜ਼ਿੰਦਗੀ ਪਹਿਲਾਂ ਮਿਲੀ ਹੁੰਦੀ ਤਾਂ ਅਸੀਂ ਦੁਖੀ ਦੁਨੀਆਂ ਵਿੱਚ ਅੱਜ ਹਾਜ਼ਰ ਕਿਉਂ ਹੁੰਦੇ ਜੀ? ਆਤਮਾ ਪਰਉਪਕਾਰੀ ਹੁੰਦੇ ਹੈ, ਉਹਨਾਂ ਦੇ ਦਿਲ ਅੰਦਰ ਬੜੀ ਹੀ ਆਤਮਾ ਵਾਸਤੇ ਦਇਆ ਹੁੰਦੀ ਹੈ, ਪਰਮਾਤਮਾ ਨੇ ਉਹਨੂੰ ਦਇਆ ਦੇ ਕੇ ਭੇਜਿਆ ਹੁੰਦਾ ਹੈ। ਉਹ ਆਪਣੇ ਸੰਗਤ ਦੇ ਜ਼ਰੀਏ ਹੀ ਸਾਡੇ ਉੱਤੇ ਦਇਆ ਕਰਦੇ ਹੈ, ਸਾਨੂੰ ਹੌਸਲਾ ਦਿੰਦੇ ਹੈ, ਸਾਡੇ ਅੰਦਰ ਦਿਰੇ ਔਰ ਤੜਪ ਪੈਦਾ ਕਰਦੇ ਹੈ ਕਿ ਵੀ ਤੁਸੀਂ ਹਿੰਮਤ ਕਰੋ ਔਰ ਆਪਣੇ ਸ਼ਬਦ ਨਾਮ ਦੀ ਕਮਾਈ ਕਰੋ ਜੀ। ਕਿਉਂ ਭਟਕਦੇ ਫਿਰਦੇ ਹਾਂ? ਜਿਹੜੀ ਗ੍ਰੰਥਾਂ ਪੋਥੀਆਂ ਦੇ ਵਿੱਚ ਟਾਈਮ ਲਾਏਗਾ, ਜੰਗਲਾਂ ਪਹਾੜਾਂ 'ਚ ਟਾਈਮ ਲਾਏਗਾ, ਤੀਰਥਾਂ 'ਤੇ ਲਾਏਗਾ, ਕਹਿਣ ਲੱਗੇ ਤੂੰ ਉਹੀ ਬੈਠ ਕੇ ਸ਼ਬਦ ਨਾਮ ਦੀ ਕਮਾਈ ਕਰ, ਕਿਉਂਕਿ ਜੋ ਕੁਛ ਜਿਸ ਚੀਜ਼ ਦੀ ਸਾਡੀ ਆਤਮਾ ਦੇ ਅੰਦਰ ਤਲਾਸ਼ ਹੈ ਪ੍ਰਭੂ ਦੀ, ਉਹ ਸਾਡੇ ਅੰਦਰ ਹੈ, ਅੰਦਰੋਂ ਵੀ ਉਸਨੇ ਮਿਲਣਾ ਹੈ।
ਤੋ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਜਿਉਂ ਤਿਲ ਮਾਹੀ ਤੇਲ ਹੈ, ਜਿਉਂ ਚਕਮਕ ਮੈਂ ਆਗ, ਤੇਰਾ ਪ੍ਰੀਤ ਨੂੰ ਤੁਝ ਮੈਂ ਜਾਗ ਸਕੇ ਕੋਈ ਜਾਗ। ਜਿਸ ਤਰ੍ਹਾਂ ਪੱਥਰ ਦੇ ਅੰਦਰ ਅਗਨੀ ਹੈ, ਤਿਲਾਂ ਅੰਦਰ ਤੇਲ ਹੈ, ਔਰ ਤੇਲ ਔਰ ਤਿਲਾਂ ਦੇ ਵਿੱਚੋਂ ਹੀ ਸਾਨੂੰ ਨਿਕਾਲਣਾ ਪਏਗਾ। ਇਸੇ ਤਰ੍ਹਾਂ ਪਰਮਾਤਮਾ ਉਹ ਪਿਆਰਾ ਪ੍ਰੀਤਮ ਕਹਿੰਦੇ ਤੇਰਾ ਤੇਰੇ ਅੰਦਰ ਬੈਠਾ ਹੈ, ਤੇਰੀ ਇੰਤਜ਼ਾਰ ਵਿੱਚ ਹੈ। ਅਗਰ ਤੂੰ ਉਸਨੂੰ ਮਿਲਣਾ ਚਾਹਵੇਂ ਤੂੰ ਮਿਲ ਸਕਦਾ ਹੈ। ਸਾਡੇ ਸਤਿਗੁਰੂ ਮਹਾਰਾਜ ਜੀ ਬੜੇ ਪਿਆਰ ਨਾਲ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਵੀ ਪਿਆਰਿਆ, ਜੋ ਕੰਮ ਇੱਕ ਆਦਮੀ ਕਰ ਸਕਦਾ ਹੈ ਉਹਨੂੰ ਦੂਜਾ ਵੀ ਕਰ ਸਕਦਾ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਅਸੀਂ ਆਪਦੀ ਸੁਰਤ ਨੂੰ ਆਜ਼ਾਦ ਕਰਕੇ ਸ਼ਬਦ ਨਾਲ ਜੋੜ ਕੇ ਉਸ ਪਰਮਾਤਮਾ ਨੂੰ ਪਾ ਸਕਦੇ ਹੈਂ, ਤੁਸੀਂ ਨਹੀਂ ਪਾ ਸਕਦੇ, ਐਸੀ ਗੱਲ ਨਹੀਂ। ਉਹ ਕਹਿੰਦੇ ਤੁਸੀਂ ਵੀ ਪਾ ਸਕਦੇ ਹੋ, ਤੁਸੀਂ ਵੀ ਹਿੰਮਤ ਕਰੋ। ਸੋ ਇਸ ਵਾਸਤੇ ਤਾਂ ਹਿੰਮਤ ਦੀ ਚੀਜ਼ ਹੈ, ਸੋ ਪਿਆਰ ਦੀ ਚੀਜ਼ ਹੈ, ਪਰ ਗੁਰੂ ਦੀ ਦਇਆ ਪ੍ਰਾਪਤ ਕਰਨ ਦਾ ਇਹੀ ਇੱਕ ਤਰੀਕਾ ਹੈ। ਆਪਣੇ ਖਿਆਲ ਨੂੰ ਦੋਨਾਂ ਅੱਖਾਂ ਦੇ ਦਰਮਿਆਨ ਲਿਆਓ ਔਰ ਬਾਹਰ ਕਿਸੇ ਵੀ ਅਡੰਬਰ ਦੀ ਲੋੜ ਨਹੀਂ, ਕਿਸੇ ਵੀ ਇਹਦੇ ਵਿੱਚ ਕਰਮ ਕਾਂਡ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਦੱਸਦਾ ਹੁੰਦਾ ਹੈ ਕਿ ਮੈਨੂੰ ਕਾਫ਼ੀ ਮੇਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ, ਕਾਫ਼ੀ ਸਮਾਜਾਂ ਦੇ ਵਿੱਚ ਜਾਣ ਦਾ, ਕਾਫ਼ੀ ਕਰਮ ਕਾਂਡ ਕਰਨ ਦਾ ਵੀ ਮੌਕਾ ਮਿਲਿਆ। ਮੈਂ ਦੱਸਦਾ ਹੁੰਦਾ ਹੈ ਕਿ ਮੈਂ ਬੜੇ ਪਿਆਰ ਨਾਲ ਕਾਫ਼ੀ ਸਾਧੂਆਂ ਦੇ ਪਾਸ ਗਿਆ ਔਰ ਮੈਂ ਅੱਜ ਤੱਕ ਨਾ ਕਦੇ ਨਿੰਦਿਆ 'ਤੇ ਵਿਸ਼ਵਾਸ ਹੀ ਕੀਤਾ ਹੈ। ਮੈਂ ਕਿਸੇ ਮਹਾਤਮਾ ਦਾ ਇਮਤਿਹਾਨ ਲੈਣ ਨਹੀਂ ਗਿਆ ਸੀਗਾ, ਮੈਂ ਆਪਣਾ ਲੈਣ ਵਾਸਤੇ ਗਿਆ ਸੀਗਾ, ਦੇਣ ਵਾਸਤੇ ਗਿਆ ਸੀਗਾ। ਮੈਂ ਦੱਸਦਾ ਹੁੰਦਾ ਕਿ ਪ੍ਰਸ਼ਾਦ ਵਾਲੀ ਦੇ ਅੰਦਰ ਬਾਬਾ ਭੋਟਾ ਦਾਸ ਦੇਹ ਪਲਟ ਲੈਂਦੇ ਸੀਗੇ, ਸੱਪ ਵੀ ਬਣ ਜਾਂਦੇ ਸੀ, ਸ਼ੇਰ ਵੀ ਬਣ ਜਾਂਦੇ ਸੀਗੇ। ਮੈਂ ਜਿਨ੍ਹਾਂ ਦੀ ਕਾਫ਼ੀ ਸੇਵਾ ਕੀਤੀ, ਮੇਰੇ ਦਿਲ ਅੰਦਰ ਸਾਧੂਆਂ ਦੇ ਮਿਲਣ ਦਾ ਸ਼ੌਕ ਹੁੰਦਾ ਸੀਗਾ। ਆਖਰ ਉਹ ਮੇਰੇ 'ਤੇ ਖੁਸ਼ ਹੋਇਆ, ਇੱਕ ਦਿਨ ਕਹਿਣ ਲੱਗਿਆ ਦੇਖਦੀ ਹੈ ਤਾਂ ਤੂੰ ਛੋਟਾ ਜਿਹਾ ਬੱਚਾ, ਪਰ ਤੂੰ ਸਾਡੇ ਨਾਲ ਪਿਆਰ ਕਰਦਾ ਹੈ, ਰੋਜ਼ ਝਾੜੂ ਕੱਢਦਾ ਹੈ, ਸੇਵਾ ਕਰਦਾ ਹੈ, ਕਈ ਮਹੀਨੇ ਤੈਨੂੰ ਹੋ ਗਏ ਹੈ, ਇਹ ਗੁਣ ਮੈਂ ਕਦੇ ਕਿਸੇ ਹੋਰ ਨੂੰ ਨਹੀਂ ਦਿੱਤਾ ਸੀ, ਜਿਹੜਾ ਕਿ ਮੈਂ ਤੈਨੂੰ ਦੇ ਕੇ ਖੁਸ਼ ਹੈ। ਮੈਂ ਕਿਹਾ ਬਾਬਾ ਜੀ ਬੜੀ ਦਇਆ ਕੀਤੀ ਤੁਸੀਂ, ਕੀ ਗੁਣ ਮੈਨੂੰ ਦਿਓਗੇ? ਮੈਂ ਨਾਮ ਦਾ ਉਦਾਸੀ ਹੈ ਜੈਸਾ ਗੁਰਬਾਣੀ ਅੰਦਰ ਆਉਂਦਾ ਹੈ। ਉਹ ਕਹਿਣ ਲੱਗਿਆ ਦੇਖ ਤੂੰ ਸੱਪ ਬਣ ਸਕਦਾ, ਸ਼ੇਰ ਬਣ ਸਕਦਾ ਹੈ, ਜਿਹੜੇ ਤੇਰੇ ਪਾਸ ਹੋਣਗੇ ਉਹ ਬੜੇ ਹੈਰਾਨ ਹੋਣਗੇ। ਜਿਸ ਤਰ੍ਹਾਂ ਇਹ ਲੋਕ ਮੇਰੇ ਉਰਾਲੇ ਘੁੰਮਦੇ ਹੈ, ਮੇਰੇ ਪਾਸ ਦੁੱਧ ਦਹੀਂ ਖੰਡ ਵਗੈਰਾ ਕੱਪੜੇ ਲੈ ਕੇ ਆਉਂਦੇ ਹੈ, ਤੇਰੇ ਪਾਸ ਵੀ ਇਹ ਲੋਕ ਬੜੇ ਹੀ ਪ੍ਰਭਾਵਿਤ ਹੋ ਕੇ ਆਉਣਗੇ ਕਿ ਬਾਬਾ ਦਾ ਸ਼ੇਰ ਬਣ ਜਾਂਦਾ ਹੈ, ਬਾਬਾ ਸੱਪ ਬਣ ਜਾਂਦਾ ਹੈ, ਬਾਬਾ ਦਾ ਬੈਠਾ ਬੈਠਾ ਅਲੋਪ ਹੋ ਜਾਂਦਾ ਹੈ। ਮੈਂ ਉਸ ਦੀ ਨਿੰਦਿਆ ਨਹੀਂ ਕਰੀਗੀ, ਨਾ ਮੈਂ ਉਹਦੇ ਨਾਲ ਕਿਰਨਾ ਕੀਤੀ, ਮੈਂ ਉਸ ਨੂੰ ਨਮਸਕਾਰ ਕੀਤੀ ਕਿ ਬਾਬਾ ਜੀ ਮੈਨੂੰ ਇਤਨਾ ਯਕੀਨ ਹੈ ਕਿ ਇਹ ਤਾਂ ਮੈਂ ਤੁਹਾਡੇ ਬਗੈਰ ਸਿੱਖਿਆ ਹੀ ਬਣ ਸਕਦਾ ਹੈ। ਜਦ ਮੈਂ ਭੈੜੇ ਖੋਟੇ ਕਰਮ ਕਰੂੰਗਾ, ਮੈਂ ਜਾਨਵਰ ਸੱਪ ਰੀਂਗਣ ਵਾਲਾ ਵੀ ਬਣ ਜਾਊਂਗਾ, ਜਾਨਵਰ ਖਾਣ ਵਾਲਾ ਵੀ ਮੈਂ ਸ਼ੇਰ ਬਣ ਜਾਊਂਗਾ, ਇਹ ਵੀ ਪਰਿਸ਼ਰਮ ਕਰਨ ਦੀ ਕੀ ਜ਼ਰੂਰਤ ਹੈ? ਸੋ ਮੈਂ ਤਾਂ ਇਸ ਜਾਨਵਰਾਂ ਦੇ ਜਾਮੇ ਤੋਂ ਉੱਪਰ ਉੱਠਣ ਵਾਸਤੇ, ਇਨਸਾਨ ਦੇ ਜਾਮੇ ਤੋਂ ਉੱਪਰ ਉੱਠਣ ਵਾਸਤੇ ਤੁਹਾਡੇ ਪਾਸ ਆਇਆ ਹੈ। ਮੈਂ ਤਾਂ ਇਹ ਖਿਆਲ ਲੈ ਕੇ ਤੁਹਾਡੇ ਪਾਸ ਆਇਆ ਸੀਗਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਪਿਆਰੇ ਮੈਨੂੰ ਕਾਫ਼ੀ ਆਪਦੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ ਹੈ, ਮੈਂ ਅੱਛੀ ਤਰ੍ਹਾਂ ਖੋਜ ਕਰਕੇ ਇਸ ਨੂੰ ਦੇਖਿਆ ਹੈ ਕਿ ਆਖਰ ਮੁਕਤੀ ਜਿਹੜੀ ਹੈ ਉਹ ਨਾਮ ਦੇ ਦਿੱਤੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਨਾਮੇ ਤੁਲ ਨ ਪੂਜੀ ਸਭ ਜਿੱਥੇ ਠੋਕ ਵਜਾਏ। ਸੰਤਾਂ ਮਹਾਤਮਾ ਦਾ ਆਪਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਉਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਹਿੰਦੇ ਹੁੰਦੇ ਗੇ। ਇੱਕ ਆਦਮੀ ਨੇ ਭੂਗੋਲਿਕ ਵਿੱਦਿਆ ਪੜ੍ਹੀ ਹੈ, ਉਹ ਹਰ ਸ਼ਹਿਰ ਦਾ ਹਰ ਬੰਦਰਗਾਹ ਦਾ ਨਾਮ ਦੱਸਦਾ ਹੈ ਕਿ ਰਸ਼ੀਆ ਇਸ ਜਗ੍ਹਾ ਹੈ, ਅਮਰੀਕਾ ਇਸ ਜਗ੍ਹਾ ਹੈ। ਇੱਕ ਆਦਮੀ ਨੇ ਉਹ ਸਾਰੀਆਂ ਜਗ੍ਹਾ ਖੁਦ ਅੱਖਾਂ ਨਾਲ ਦੇਖੀਆਂ ਹੁੰਦੀਆਂ ਹਨ, ਤੁਸੀਂ ਦੇਖ ਲਓ ਉਹਨਾਂ ਦੇ ਵਿੱਚੋਂ ਸੱਚਾ ਕੌਣ ਹੈ ਜਿਹਨੇ ਅੱਖਾਂ ਨਾਲ ਦੇਖੀਆਂ ਹੁੰਦੀਆਂ ਹਨ। ਸੋ ਸੰਤ ਮਹਾਤਮਾ ਕਹਿੰਦੇ ਆ ਤੂੰ ਪੁਸਤਕ ਦੇਖੀ ਕਹਿੰਦਾ ਹੈ, ਮੈਂ ਤੈਨੂੰ ਅੱਖੀਂ ਦੇਖੀ ਬਾਤ ਕਹਿੰਦਾ ਹੈ। ਸੋ ਸੰਤ ਮਹਾਤਮਾ ਦਾ ਸਾਰਾ ਕੁਝ ਅੱਖਾਂ ਨਾਲ ਦੇਖਿਆ ਹੁੰਦਾ ਹੈ, ਜ਼ਿੰਦਗੀ ਦੇ ਵਿੱਚ ਉਹਨਾਂ ਨੇ ਤਜਰਬਾ ਕੀਤਾ ਹੁੰਦਾ ਹੈ, ਕਈ ਕਈ ਸਾਲ ਉਹਨਾਂ ਨੇ ਖੋਜ ਵਿੱਚ ਲਾਏ ਹੁੰਦੇ ਹੈ, ਆਖਰ ਨਾਮ ਲੈ ਕੇ ਵੀ ਦਿਨ ਰਾਤ ਆਪਣੇ ਗੁਰੂ ਦੀ ਦਇਆ ਪ੍ਰਾਪਤ ਕੀਤੀ ਹੁੰਦੀ ਹੈ। ਉਹਨਾਂ ਨੇ ਸਾਡੇ ਤਰ੍ਹਾਂ ਦਵਾਈ ਲੈ ਕੇ ਆਲੇ ਵਿੱਚ ਨਹੀਂ ਰੱਖੀ ਹੁੰਦੀ ਗੀ, ਉਸ ਨੂੰ ਗੁਰੂ ਦੀ ਹਦਾਇਤ ਦੇ ਮੁਤਾਬਕ ਆਪਣੇ ਗੁਰੂ ਨੂੰ ਉਹਨਾਂ ਦੇ ਉਹਨਾਂ ਨੇ ਆਪਣੇ ਉੱਪਰ ਮਿਹਰਬਾਨ ਕੀਤਾ ਹੁੰਦਾ ਹੈ।
ਤੋ ਇਸ ਵਾਸਤੇ ਆ ਪਿਆਰ ਦੇ ਨਾਲ ਆਪ ਕਹਿਣ ਲੱਗੇ ਤੁਸੀਂ ਆ ਕੇ ਕੁਛ ਨਾ ਕਰੋ, ਕੋਈ ਸਮਾਜ ਛੱਡਣ ਦੀ ਲੋੜ ਨਹੀਂ। ਸਿਮਰ ਨੇ ਜੀ ਵੀ ਆਪਣੇ ਪਹਿਲੇ ਖਿਆਲ ਨੂੰ ਇੱਥੇ ਅੱਖਾਂ ਦੇ ਪਿੱਛੇ ਲਿਆਓ ਜਿਸ ਜਗ੍ਹਾ ਤੇ ਉਹ ਪਰਮਾਤਮਾ ਦੀ ਆਵਾਜ਼ ਆ ਰਹੀ ਹੈ। ਸੋ ਸੰਤ ਮਹਾਤਮਾ ਜਦ ਵੀ ਸੰਸਾਰ ਵਿੱਚ ਆਉਂਦੇ ਹੈ ਉਹ ਬੜੇ ਹੀ ਪਿਆਰ ਨਾਲ ਸਾਨੂੰ ਸੰਸਾਰ ਦੇ ਵਿੱਚ ਆ ਕੇ ਸਮਝਾਉਂਦੇ ਹੈ, ਉਹਨਾਂ ਦਾ ਇਹ ਮਿਸ਼ਨ ਹੁੰਦਾ ਹੈ। ਸੋ ਜਿਸ ਤਰ੍ਹਾਂ ਸੰਤਾਨ ਮਹਿਮੂਦ ਆਪਣੇ ਰਿਜਤ ਦੀ ਪਾਠਿਆ ਲੈਣ ਵਾਸਤੇ ਭੇਸ ਬਦਲ ਕੇ ਰਾਤ ਨੂੰ ਉਹ ਫਿਰਦਾ ਹੁੰਦਾ ਸੀਗਾ, ਇੱਕ ਦਿਨ ਜਦ ਉਹ ਬਾਹਰ ਭੇਸ ਬਦਲ ਕੇ ਜਾਣ ਲੱਗਿਆ ਅੱਗੇ ਪੰਜ ਚੋਰ ਖੜੇ ਸਨ, ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੁੰਦੇ ਹੋ? ਉਹ ਕਹਿਣ ਲੱਗੇ ਅਸੀਂ ਚੋਰ ਹੈ। ਜਦ ਉਹ ਬਾਦਸ਼ਾਹ ਨੂੰ ਪੁੱਛਿਆ ਸੁਲਤਾਨ ਨੂੰ ਕਿ ਤੂੰ ਕੌਣ ਹੈ? ਉਹ ਕਹਿੰਦਾ ਮੈਂ ਵੀ ਚੋਰ ਹੈ, ਕਿਉਂਕਿ ਤਹਿਕੀਕਾਤ ਵਾਸਤੇ ਜੋ ਬਾਹਰ ਆਇਆ ਸੀਗਾ ਉਹਨਾਂ ਦੇ ਹੀ ਬੋਲੀ ਬੋਲਣੀ ਪੈਂਦੀ ਸੀਗੀ। ਸੋ ਉਹਨਾਂ ਨੇ ਕਿਹਾ ਕਿ ਆਪਾਂ ਸਾਰੇ ਜਣੇ ਮਿਲ ਕੇ ਚੋਰੀ ਕਰੀਏ, ਪਰ ਪਹਿਲਾਂ ਸਭ ਤੋਂ ਆਪਾਂ ਇੱਕ ਸਰਦਾਰ ਵੀ ਬਣਾਉਣਾ ਚਾਹੀਦਾ, ਕਿਉਂਕਿ ਇੱਕ ਲੀਡਰ ਹੋਵੇ ਫਿਰ ਹੀ ਠੀਕ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਰਦਾਰ ਲੀਡਰ ਉਸ ਨੂੰ ਚੁਣਿਆ ਜਾਵੇ ਕਿ ਜਿਹੜਾ ਜਿਹਦੇ ਵਿੱਚ ਚੰਗੇ ਗੁਣ ਹੋਣ, ਜਿਹੜਾ ਅੱਛਾ ਆਲਾ ਦਰਜੇ ਦਾ ਹੋਵੇ। ਉਹਨਾਂ ਨੇ ਆਪੋ ਆਪਣੇ ਗੁਣ ਦੱਸੇ, ਪਹਿਲੇ ਨੇ ਦੱਸਿਆ ਕਿ ਮੈਂ ਜਾਨਵਰਾਂ ਦੀ ਬੋਲੀ ਸਮਝ ਲੈਂਦਾ ਹੈ, ਦੂਜਾ ਕਹਿਣ ਲੱਗਿਆ ਮੈਂ ਮਤ ਇਸ ਤਰ੍ਹਾਂ ਦੀ ਲਾਉਣਾ ਹੈ ਕਿ ਜਿਤਨੇ ਵੀ ਮਰਜ਼ੀ ਆਦਮੀ ਉਹਦੇ ਉੱਪਰ ਚੜ੍ਹ ਸਕਦੇ ਹੈ, ਤੀਸਰਾ ਕਹਿਣ ਲੱਗਿਆ ਮੈਂ ਸੰਨ ਦੇ ਵਿੱਚ ਬੜਾ ਮਾਹਰ ਹਾਂ, ਕਿਉਂਕਿ ਧਰਤੀ ਨੂੰ ਦੱਸ ਦਿੰਦਾ ਹੈ ਕਿ ਮੈਂ ਕਿਸ ਜਗ੍ਹਾ ਧੰਨ ਦੱਬਿਆ ਹੋਇਆ ਹੈ। ਔਰ ਇੱਕ ਕਹਿਣ ਲੱਗਿਆ ਕਿ ਮੈਂ ਜਿਹਨੂੰ ਇੱਕ ਦਫ਼ਾ ਰਾਤ ਨੂੰ ਪਛਾਣ ਲਵਾਂ ਉਸ ਨੂੰ ਦਿਨੇ ਬੜਾ ਆਸਾਨੀ ਦੇ ਨਾਲ ਪਛਾਣ ਲੈਂਦਾ ਹੈ। ਹੁਣ ਸਾਰੇ ਆਪੋ ਆਪਣੇ ਵਸਲ ਦੱਸ ਰਹੇ ਸੀਗੇ, ਰਾਜਾ ਸੋਚ ਰਿਹਾ ਸੀਗਾ ਕਿ ਮੈਂ ਵੀ ਕੋਈ ਇਹਨਾਂ ਨੂੰ ਵਸਲ ਦੱਸਾਂ, ਉਹ ਕੀ ਦੱਸਾਂ। ਰਾਜਾ ਕਹਿਣ ਲੱਗਿਆ ਕਿ ਦੇਖੋ ਵੀ ਮੇਰੀ ਦਾੜੀ ਦੇ ਅੰਦਰ ਇਹ ਵਸਤ ਹੈ, ਇਹ ਗੁਣ ਹੈ, ਅਗਰ ਹਜ਼ਾਰੋਂ ਆਦਮੀ ਫਾਂਸੀ ਦੇ ਤਖ਼ਤੇ ਉੱਪਰ ਚੜ੍ਹਦੇ ਹੋਣ, ਜੇ ਮੈਂ ਇੱਕ ਵਾਰੀ ਹਿਲਾ ਦੇਵਾਂ ਤਾਂ ਉਹ ਸਾਰੇ ਫਾਂਸੀ ਦੇ ਤਖ਼ਤੇ ਤੋਂ ਉੱਤਰ ਸਕਦੇ ਹੈ। ਇਹ ਗੁਣ ਹੁਣ ਸਾਰਿਆਂ ਨੂੰ ਪਸੰਦ ਆ ਗਿਆ। ਉਹਨੂੰ ਸੁਲਤਾਨ ਨੂੰ ਹੀ ਉਹਨਾਂ ਨੇ ਆਪਦਾ ਸਰਦਾਰ ਮੰਨ ਲਿਆ, ਲੀਡਰ ਮੰਨ ਲਿਆ। ਆਖਿਰ ਚੋਰੀ ਦੀ ਸਲਾਹ ਕੀਤੀ, ਸਾਰਿਆਂ ਨੇ ਇਹ ਸਲਾਹ ਕਰ ਲਈ ਕਿ ਬਾਦਸ਼ਾਹ ਦੇ ਮਹੱਲੇ ਵਿੱਚ ਹੀ ਚੋਰੀ ਲਾਓ, ਆਪਾਂ ਹੋਰ ਕਿਸੇ ਗਰੀਬ ਦੇ ਘਰ ਵਿੱਚ ਜਾ ਕੇ ਸਾਨੂੰ ਚੋਰੀ ਨਹੀਂ ਹੈ। ਮਜ਼ਦੂਰ ਰਾਜੇ ਨੂੰ ਆਪਣੇ ਮਹੱਲ ਦੇ ਅੰਦਰ ਜਾ ਕੇ ਹੀ ਸਾਨੂੰ ਲਾਉਣੀ ਪਈ। ਪਹਿਲੇ ਨੇ ਕਮੱਦ ਲਾਏ, ਸਾਰੇ ਉਹਦੇ ਉੱਪਰ ਵੀ ਚੜ੍ਹ ਗਏ, ਔਰ ਦੂਸਰੇ ਨੇ ਜਾ ਕੇ ਸੰਨ ਲਾਈ ਬਗੈਰ ਕਿਸੇ ਖੜਕਾ ਹੋਏ ਤਾਂ ਉਹ ਮਾਹਰ ਸੀਗਾ, ਔਰ ਤੀਸਰੇ ਨੇ ਉਸ ਜਗ੍ਹਾ ਸੁੰਘ ਖਜ਼ਾਨੇ ਦਾ ਦੱਸਿਆ, ਔਰ ਜਾਂਦਿਆਂ ਨੂੰ ਕੁੱਤਾ ਵੀ ਪਹੁੰਚਿਆ। ਉਹ ਪੁੱਛਣ ਲੱਗੇ ਕਿ ਕੁੱਤਾ ਕੀ ਬੋਲਦਾ ਹੈ? ਉਹ ਕਹਿਣ ਲੱਗਿਆ ਤੁਹਾਡੇ ਅੰਦਰ ਇੱਕ ਬਾਦਸ਼ਾਹ ਵੀ ਹੈ। ਹੁਣ ਇਹ ਗੱਲ ਕਹੀ ਤਾਂ ਸਾਰੇ ਕਹਿ ਕਹਾ ਕੇ ਹੱਸ ਪਵੇ, ਕਿਉਂਕਿ ਬਾਦਸ਼ਾਹ ਉਹਨਾਂ ਨੂੰ ਕੀ ਸੀ ਕਿ ਕੇਸ ਬਿਠਾ ਕੇ ਸਾਡੇ ਨਾਲ ਹੀ ਫਿਰਦਾ ਹੈ। ਸੋ ਉਹਨਾਂ ਨੇ ਉੱਥੇ ਧੰਨ ਦੀਆਂ ਪੰਡਾਂ ਬੰਨ ਲਈਆਂ, ਆ ਕੇ ਉਹਨਾਂ ਨੇ ਧੰਨ ਬਾਹਰ ਵੰਡਿਆ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਹੁਣ ਬਾਦਸ਼ਾਹ ਨੂੰ ਉਹ ਪਕੜਨੇ ਕੀ ਔਖੇ ਸਨ, ਕਿਉਂਕਿ ਸਭ ਦੀ ਕਮੀਨਗਾਹ ਉਹਨਾਂ ਨੇ ਘਰ ਦੇਖੇ ਹੋਏ ਸੀਗੇ। ਸੁਬਹਾ ਉਹਨਾਂ ਨੇ ਪੁਲਿਸ ਭੇਜ ਕੇ ਉਹਨਾਂ ਚੋਰਾਂ ਨੂੰ ਪਕੜ ਕੇ ਮੰਗਾ ਲਿਆ, ਸਭ ਨੂੰ ਫਾਂਸੀ ਦਾ ਹੁਕਮ ਦਿੱਤਾ। ਔਰ ਜਦੋਂ ਉਹ ਬਾਦਸ਼ਾਹ ਦੇ ਸਾਹਮਣੇ ਆਏ, ਜਿਹੜਾ ਇਹ ਕਹਿੰਦਾ ਸੀਗਾ ਕਿ ਮੈਂ ਜਿਹਨੂੰ ਇੱਕ ਵਾਰੀ ਰਾਤ ਨੂੰ ਦੇਖ ਲਾਂ ਉਸ ਨੂੰ ਦਿਨੇ ਪਛਾਣਨਾ ਮੇਰੇ ਵਾਸਤੇ ਕੋਈ ਮੁਸ਼ਕਲ ਨਹੀਂ ਗਾ, ਜਦ ਉਹ ਸਾਹਮਣੇ ਆਇਆ ਬਾਦਸ਼ਾਹ ਨੂੰ ਦੇਖਿਆ ਕਿ ਇਹ ਤਾਂ ਉਹੀ ਬਾਦਸ਼ਾਹ ਹੈ ਜਿਹੜਾ ਸਾਡੇ ਵਿੱਚ ਚੋਰ ਬਣਿਆ ਹੋਇਆ ਸੀਗਾ। ਉਹ ਕਹਿਣ ਲੱਗਾ ਮਹਾਰਾਜ ਜੀ ਦਾੜੀ ਨੂੰ ਹਿਲਾ ਦਿਓ। ਹੁਣ ਦਾੜੀ ਦਾ ਕੀ ਹਿਲਾਉਣਾ ਸੀ? ਜਦ ਉਹਨਾਂ ਨੇ ਦਾੜੀ ਹਿਲਾਈ ਕਿ ਵੀ ਸਭ ਨੂੰ ਛੱਡ ਦਿਓ, ਉਹ ਕਹਿੰਦਾ ਵੀ ਸੱਚੇ ਦਿਲੋਂ ਇਕਰਾਰ ਕਰੋ ਵੀ ਅਸੀਂ ਫੇਰ ਕਦੇ ਚੋਰੀ ਨਹੀਂ ਕਰਦੇ। ਉਹ ਕਹਿਣ ਲੱਗੇ ਹਾਂ, ਅਸੀਂ ਆਪਦੇ ਖਿਦਮਤਗਾਰ ਰਵਾਂਗੇ, ਆਪਦੇ ਨੌਕਰ ਬਣ ਕੇ, ਆਪਦੀ ਰਿਜਤ ਬਣ ਕੇ ਆਪਦੇ ਦੇਸ਼ ਵਿੱਚ ਰਵਾਂਗੇ। ਅੱਗੇ ਵਾਸਤੇ ਅਸੀਂ ਕੰਨਾਂ ਨੂੰ ਹੱਥ ਲਾਉਂਦੇ ਹਾਂ, ਕਦੇ ਵੀ ਅਸੀਂ ਭੈੜਾ ਖੋਟਾ ਕਰਮ ਨਹੀਂ ਕਰਾਂਗੇ। ਸੋ ਬਾਦਸ਼ਾਹ ਨੇ ਉਸਨਾਂ ਨੂੰ ਆਜ਼ਾਦ ਕਰ ਦਿੱਤਾ। ਇਸੇ ਤਰ੍ਹਾਂ ਸੰਤ ਮਹਾਤਮਾ ਸੱਚਖੰਡ ਦੇ ਵਿੱਚੋਂ ਆ ਕੇ ਇਨਸਾਨ ਦਾ ਜਾਮਾ ਧਾਰਨ ਕਰਦੇ ਹੈ, ਸਾਡੇ ਤਰ੍ਹਾਂ ਕੁਟੁੰਬ ਪਰਿਵਾਰ ਵੀ ਰੱਖਦੇ ਹੈ, ਸਾਡੇ ਤਰ੍ਹਾਂ ਇਸ ਸੰਸਾਰ ਵਿੱਚ ਰਹਿੰਦੇ ਹੈ, ਲੇਕਿਨ ਉਹ ਕੀ ਕਰਨ ਵਾਸਤੇ ਆਉਂਦੇ ਹੈ? ਉਹ ਕਹਿੰਦੇ ਦੇਖੋ ਵੀ ਪਿਆਰੇ ਬੱਚਿਓ, ਤੁਸੀਂ ਗਲਤੀ ਉੱਪਰ ਗਲਤੀ ਨਾ ਕਰਦੇ ਜਾਓ, ਆਖਰ ਕੰਨਾਂ ਨੂੰ ਹੱਥ ਲਾਓ ਕਿ ਅਸੀਂ ਮੁੜ ਕੇ ਗਲਤੀਆਂ ਨਹੀਂ ਕਰਦੇਗੇ, ਸ਼ਬਦ ਨਾਮ ਦੀ ਕਮਾਈ ਕਰਾਂਗੇ, ਉਸ ਪ੍ਰਭੂ ਦੇ ਨਾਲ ਪਿਆਰ ਕਰਾਂਗੇ ਜਿਹਦੀ ਅਸੀਂ ਰਿਜਤ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਹੜਾ ਸਾਡੀ ਸੰਭਾਲ ਕਰਦਾ ਹੈ। ਸੋ ਸੰਤਾਂ ਮਹਾਤਮਾ ਦਾ ਤਾਂ ਇਹ ਮਿਸ਼ਨ ਹੁੰਦਾ ਹੈ ਕਿ ਸਾਨੂੰ ਨਾਮ ਦੇ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਦੇਣਾ, ਉਸ ਤੋਂ ਮਾਫ਼ੀ ਮੰਗਾ ਦੇਣੀ, ਉਹਦੇ ਅੱਗੇ ਖੜ੍ਹਾ ਕਰ ਦੇਣਾ,
ਕਿ ਇਹ ਵੀ ਤੁਹਾਡਾ ਹੀ ਬੱਚਾ ਹੈ, ਭੁੱਲ ਗਿਆ ਸੀ, ਅੱਗੇ ਵਾਸਤੇ ਗਲਤੀ ਨਹੀਂ ਕਰਦਾ ਗਾ। ਸੋ ਸਾਨੂੰ ਵੀ ਚਾਹੀਦਾ ਹੈ ਜਿਸ ਤਰ੍ਹਾਂ ਸਵਾਮੀ ਜੀ ਮਹਾਰਾਜ ਨੇ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਪ੍ਰੇਮ ਪਿਆਰ ਨਾਲ ਦੱਸਿਆ ਕਿ ਇਹ ਦੇਸ਼ ਸਾਡਾ ਨਹੀਂ ਗਾ, ਇਹ ਕੌਮਾਂ ਸਾਡੀਆਂ ਨਹੀਂ, ਇਹ ਸਰੀਰ ਸਾਡਾ ਨਹੀਂ ਗਾ, ਇਹ ਪਰਾਇਆ ਮਕਾਨ ਹੈ, ਕਿਰਾਏ ਦਾ ਮਕਾਨ ਹੈ, ਵਾਰੋ ਵਾਰੀ ਇੱਥੇ ਹਰ ਇੱਕ ਖਾਲੀ ਕਰਕੇ ਚਲਿਆ ਜਾਂਦਾ ਹੈ, ਅਸੀਂ ਵੀ ਚਲਿਆ ਜਾਣਾ ਹੈ, ਸਾਰਿਆਂ ਨਾਲੋਂ ਪਹਿਲਾਂ ਕਿੱਥੇ ਜਾਣਾ ਹੈ, ਗੁਰੂ ਦੀ ਸ਼ਰਨ ਵਿੱਚ ਜਾਣਾ ਹੈ, ਗੁਰੂ ਸਤਖੰਡ ਤੋਂ ਆਉਂਦਾ ਹੈ, ਉਹ ਸਾਨੂੰ ਨਾਮ ਦਿੰਦਾ ਹੈ, ਨਾਮ ਦੀ ਕਮਾਈ ਕਰਾ ਕੇ ਉਹ ਸਾਨੂੰ ਸਤਖੰਡ ਦੇ ਵਿੱਚ ਲਿਜਾਂਦਾ ਹੈ। ਸੋ ਸਾਡਾ ਸੱਚਾ ਅਗਰ ਕੋਈ ਮਿੱਤਰ ਹੈ, ਦੋਸਤ ਹੈ, ਉਹ ਗੁਰੂ ਹੈ ਜਿਸਨੇ ਸਾਨੂੰ ਨਾਮ ਦਿੱਤਾ ਹੈ। ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਕਿ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਸੁਖ ਬਣਾਈਏ। ਮੈਂ